ਜੀ ਜੋ ਇਹ ਸਭ ਤੋਂ ਡੀਪਰੀਮਰ ਇੰਸਟੀਚੂਟ ਹੈ ਦੇਸ਼ ਦੀ ਉਹਦੇ ਚ ਡੈਡੀਕੇਟਿਡ ਵਾਰਡ ਵੀ ਸਿਰਫ ਕੋਵਿਡ ਵਾਸਤੇ ਆ ਕਹਿੰਦੇ ਵੀ ਸਾਰੀ ਦੁਨੀਆ ਚੋਂ ਸਾਡਾ ਬੈਸਟ ਹੈ ਉੱਥੇ ਨਾ ਮੈਡੀਕਲ ਕੇਅਰ ਹੈ ਨਾ ਉੱਥੇ ਕੋਈ ਸੁਪਰਵੀਜ਼ਨ ਹੈ ਨਾ ਉੱਥੇ ਕੋਈ ਮਰੀਜ਼ ਦੀ ਸੁਣਵਾਈ ਹੈ ਉਹ ਇੱਕ ਆਮ ਪ੍ਰਾਇਮਰੀ ਹੈਲਥ ਸੈਂਟਰ ਤੋਂ ਵੀ ਮਾੜਾ ਹੈ ਉੱਥੇ ਬਾਥਰੂਮ ਚ ਨਾ ਸੈਨੀਟਾਈਜ਼ਰ ਹੈ ਨਾ ਸਾਬਣ ਹੈ ਇੱਥੇ ਜੇ ਤੁਹਾਨੂੰ ਕੋਈ ਸਾਬਣ ਦਿਖਦੀਆ ਦੇਖਦੇ ਸ਼ੈਂਗ ਹੈ ਜਾਂ ਸੈਨੀਟਾਈਜ਼ਰ ਪਿਆ ਦਿਖਦਾ ਹੈ ਧੋਣ ਵਾਸਤੇ ਡਾਇਰੈਕਟਿੰਗ ਦੇ ਵਿੱਚ ਜਿਹੜਾ ਉੱਥੇ ਪਸ਼ਾਬ ਖਾਨਾ ਬਣਿਆ ਹੋਇਆ ਉਹਦੇ ਸਾਰਾ ਪਸ਼ਾਬ ਤੁਹਾਡੇ ਪੈਰਾਂ ਤੇ ਪੈਂਦਾ ਕੋਈ ਨਰਸਿੰਗ ਸੁਪਰਵਾਈਜ਼ਰ ਨਹੀਂ ਆਉਂਦਾ ਕੋਈ ਸੀਨੀਅਰ ਰੈਜੀਡੈਂਟ ਬਦਰ ਨਹੀਂ ਕਰਦਾ ਤੁਸੀਂ ਕੋਈ ਸਮੱਸਿਆ ਦੱਸੀ ਜਾਓ ਕਿੰਨਾ ਮਰਜ਼ੀ ਜ਼ੋਰ ਲਾ ਲਓ ਤੁਹਾਨੂੰ ਕੁਝ ਨਹੀਂ ਦੱਸਣਾ ਆ ਝੂਠਾ ਚਾਰਟ ਹੈ ਇਹ ਤੁਹਾਡਾ ਇਹ ਤੁਹਾਡਾ ਚਾਰਟ ਹੈ ਮੇਰਾ ਚਾਰਟ ਹੈ ਨਾਮ ਉੱਤੇ ਲਿਖਿਆ ਪੜ੍ਹ ਲਓ ਸੀਨੀਅਰ ਰੈਜੀਡੈਂਟ ਆਇਆ ਉਹਨੂੰ ਚਾ ਵੀ ਭਾਈ ਮੇਰੇ ਰੋਜ਼ ਤੁਸੀਂ ਟੈਸਟ ਕਰਦੇ ਹੋ ਇਹ ਤਾਂ ਦੱਸ ਦੋ ਵੀ ਟੈਸਟਾਂ ਦੀ ਰਿਪੋਰਟ ਕਿਹੋ ਜੀ ਹੈ ਕੋਈ ਮਾੜੀ ਮੋਟੀ ਪ੍ਰਗਰੈਸ ਹੈ ਨਹੀਂ ਹੈ ਕਿਉਂਕਿ ਮੈਨੂੰ ਪਤਾ ਤਾਂ ਹੋਵੇ ਨ ਜਦ ਜਹਫੇ ਰਿਛੇ ਦੇ ਦਾਂਗੇ ਜਦ ਮੈਨੂੰ ਆਖਿਆ ਮੈਂ ਕਿ ਫਿਰ ਮੈਂ ਲੋਕਾਂ ਚਲਾ ਜਾਊਂਗਾ ਕਹਿੰਦੇ ਚਲੇ ਜਾਓ ਪੀਆ ਨਾਲ ਜਵਾਬ ਦੇ ਦੇਣਗੇ ਇਹ ਤਾਂ ਮੈਂ ਤਾਂ ਕਦੇ ਸੁਣਿਆ ਨਹੀਂ ਸੀ ਵੀ ਇਦਾਂ ਦਾ ਜਵਾਬ ਹੋਏਗਾ ਆ ਦੇਖੋ ਆ ਮੇਰੇ ਸਾਟ ਲੱਗੀ ਹੋਈ ਹੈ ਜੇ ਕੱਲ ਨੂੰ ਇਹਦੇ ਨਾਲ ਟਾਈਟਨਸ ਹੋ ਜਾਏ ਮੈਂ ਮਰ ਵੀ ਜਾਵਾਂ ਇਹਨਾਂ ਨੂੰ ਕੀ ਫਰਕ ਪੈਣਾ ਇਹ ਤਾਂ ਕਹਿੰਦੇ ਇਹਨਾਂ ਤਾਂ ਤਿਆਰੀ ਨਹੀਂ ਕਰਿਆ ਸੋ ਇਹ ਜਿਹੜਾ ਨਾ ਇਹ ਇਹ ਜਿਹੜਾ ਬਦਮਾਸ਼ੀ ਹੈ ਇਹਨਾਂ ਦੀ ਇਸ ਬਦਮਾਸ਼ੀ ਦੇ ਵਿੱਚ ਇਹ ਕੀ ਕਰਦੇ ਨੇ ਵੀ ਅਸੀਂ ਤਾਂ ਮਹਾਰਾਜ ਆ 108 ਆ ਜੀ ਸਾਡਾ ਕੀ ਹੈ ਜੀ ਸਾਨੂੰ ਕੌਣ ਵਿਗਾੜ ਲੂ ਜੀ ਤੁਸੀਂ ਡਾਕਟਰੋਂ ਤੁਸੀਂ ਹੜਵਾਈ ਨਹੀਂ ਹੈਗੇ ਤੁਸੀਂ ਕੱਪੜੇ ਦੀ ਦੁਕਾਨ ਖੋਲ੍ਹ ਲਓ ਫਿਰ ਜੇ ਨਹੀਂ ਹੈ ਸ਼ਰਾਬ ਦਾ ਠੇਕਾ ਖੋਲ੍ਹ ਲਓ ਜੇ ਜੇ ਪੈਸੇ ਹੀ ਕਮਾਉਣੇ ਨੇ ਸਸਿਕਾ ਦੋਸਤੋ ਪੰਜਾਬ ਨਿਊਜ਼ ਤੇ ਤੁਹਾਡਾ ਸਭ ਦਾ ਸਵਾਗਤ ਹੈ ਕੋਵਿਡ ਚੱਲ ਰਿਹਾ ਹੈ ਕੋਵਿਡ ਦੇ ਵਿੱਚ ਜਿਸ ਤਿੱਕਰ ਸਰਕਾਰ ਨੇ ਗਾਈਡਲਾਈਨ ਦਿੱਤੀਆਂ ਸੀ ਕਿ ਹੱਥ ਧੋਵੋ ਸੈਨੀਟਾਈਜੇਸ਼ਨ ਕਰੋ ਬਾਪਰ ਇਹ ਚੀਜ਼ ਹਰ ਜਗ੍ਹਾ ਤੇ ਦਿਖਾਈ ਜਾਂਦੀ ਹੈ ਅਖਬਾਰਾਂ ਦੇ ਇਸ਼ਤਿਹਾਰ ਹੋਗੇ ਵੱਡੇ ਵੱਡੇ ਬੈਨਰ ਹੋਗੇ ਫੋਨ ਕੋਲ ਦੀ ਰਿੰਗਟੋਨ ਹੋ ਗਈ ਇਹ ਲਗਾਤਾਰ ਚੀਜ਼ਾਂ ਦੇ ਉੱਤੇ ਅਫੇਰ ਕੀਤਾ ਜਾ ਰਿਹਾ ਸੀ ਪਰ ਸਭ ਤੋਂ ਵੱਡਾ ਸਵਾਲ ਹੈ ਕਿ ਜੋ ਹਸਪਤਾਲ ਦੇ ਵਿੱਚ ਕੋਵਿਡ ਵਾਰਡਾਂ ਦੇ ਵਿੱਚ ਹੋ ਰਿਹਾ ਉਸ ਨੂੰ ਕੌਣ ਦੇਖੂਗਾ ਉਸੇ ਦੀ ਕੌਣ ਸੰਭਾਲ ਕਰੂਗਾ ਕਿਉਂਕਿ ਕੋਈ ਵੀ ਕੋਵਿਡ ਵਾਰਡ ਵਿੱਚ ਜਾਂਦਾ ਵਿਅਕਤੀ ਤਾਂ ਸਾਰੀਆਂ ਸਹੂਲਤਾਂ ਮਿਲਣੀਆਂ ਜਿਹਾ ਲਾਜ਼ਮੀ ਹੁੰਦੀਆਂ ਨੇ ਇਹ ਭਾਤ ਸਰਕਾਰ ਵੱਲੋਂ ਇੱਕ ਨਿਰਦੇਸ਼ ਨੇ ਸਾਨੂੰ ਮੌਜੂਦ ਨੇ ਡਾਕਟਰ ਨਾਲ ਪਿਆ ਦੇ ਪਹਿਲਾਂ ਨਾਲ ਗਦਕ ਮੌਜੂਦ ਨੇ ਸਾਡੇ ਨਾਲ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਜੋ ਕਿ ਪਿਛਲੇ 11 ਦਿਨ ਪੀਜੀਐ ਵਿੱਚ ਦਾਖੇ ਕਾਇਏ ਨੇ ਕੋਵਿਡ ਹੋ ਗਿਆ ਸੀ ਇਹਨਾਂ ਨੂੰ ਤਾਂ ਕੁਝ ਖੁਲਾਸੇ ਕੀਤੇ ਨੇ ਇਹਨਾਂ ਨੇ ਕਿ ਉੱਥੇ ਕਿਹੜੇ-ਕਿਹੜੇ ਚੀਜ਼ਾਂ ਸਹੀ ਨਹੀਂ ਹੋਈਆਂ ਤੇ ਇੱਕ ਪੀਜੀਐ ਨੂੰ ਤੇ ਨੋਟਿਸ ਕਰਦਣ ਜਾ ਰਹੇ ਨੇ ਨੋਟਿਸ ਜਿਹੜਾ ਹੈਗਾ ਉਸ ਵਿੱਚ ਲਿਖਿਆ ਨੇ ਗੱਲਾਂ ਕਿ ਉਹਨਾਂ ਨੇ ਜੋ ਵੀ ਕੰਮ ਕੀਤਾ ਪੇਸ਼ੈਂਟ ਦੇ ਨਾਲ ਉਹ ਸਹੀ ਨਹੀਂ ਕੀਤਾ ਕੋਵਿਡ ਨੂੰ ਲੈ ਕੇ ਇੰਸਟਰਕਸ਼ਨਾਂ ਦੀ ਬਿਲਕੁਲ ਪਾਲਣਾ ਨਹੀਂ ਕੀਤੀ ਗਈ ਇਹ ਡਾਕਟਰ ਪਹਿਲਾਂ ਗਲਗਦਾ ਕਹਿਣਾ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਉਹ ਸਭ ਤੋਂ ਵੱਡਾ ਸਵਾਲ ਹੈ ਕਿ ਮਰੀਜ਼ ਦੀ ਦੇਖਭਾਲ ਕਮੀ ਕਿਸ ਨੇ ਆ ਕੋਵਿਡ ਦੇ ਵਿੱਚ ਜੇ ਜਦੋਂ ਤੁਹਾਨੂੰ ਡਾਕਟਰ ਇੱਕ ਜਾ ਕੇ ਕਹਿ ਦੇਣ ਕਿ ਕਿਹੜੀ-ਕੜੀਆਂ ਟ੍ਰੀਟਮੈਂਟ ਹੁੰਦੇ ਪਏ ਨੇ ਜੇ ਤੁਹਾਨੂੰ ਉਹਦਾ ਰਿਕਾਰਡਿੰਗ ਦੇਣਾ ਵੀ ਕਿਹੜੀ-ਕੜੇ ਅੱਧਾ ਚੈੱਕਅਪ ਹੋਏ ਨੇ ਕਿਹੜੀ ਗੱਲਾਂ ਤੇ ਹੋਏ ਨੇ ਜੇ ਸਹੀ ਬਿਹੇਵੀਅਰ ਨਾ ਕਰਨਾ ਇਸ ਦੀ ਦੇਖੀ ਕੌਣ ਕਰੂਗਾ ਇਸ ਨੂੰ ਕੌਣ ਦੇਖੂਗਾ ਕਿ ਵੱਡੇ-ਵੱਡੇ ਪੋਸਟਰ ਤੇ ਇਸ਼ਤਿਹਾਰਾਂ ਵਿੱਚ ਕੋਵਿਡ ਖਤਮ ਕੀਤਾ ਜਾ ਸਕਦਾ ਜਦ ਕਿ ਅਸੀਂ ਪ੍ਰੈਕਟੀਕਲ ਜਾ ਕੇ ਗਰਾਊਂਡ ਜੀਤੇ ਤੇ ਜਾ ਕੇ ਚੀਜ਼ਾਂ ਨਾ ਦੇਖੀਏ ਸਨ ਡਾਕਟਰ ਪਹਿਲਾਂ ਲ ਗੱਲ موجوده ਨੇ ਡਾਕਟਰ ਸਾਹਿਬ ਤੁਸੀਂ ਤਕਰੀਬਨ 11 ਦਿਨ ਤੋਂ ਪੀਜੀਆਈ ਦੇ ਵਿੱਚ ਮੌਜੂਦ ਹੈਗੇ ਸੀ ਹੁਣ ਨੋਟਿਸ ਕੱਢਣ ਜਾਦੇ ਹਾਂ ਪੀਜੀਆਈ ਨੂੰ ਨੋਟਿਸ ਕਿਉਂ ਕੱਢਣ ਜਾਦੇ ਹਾਂ ਮੈਂ ਨੋਟਿਸ ਇਸ ਕਰਕੇ ਕਾਢਿਆ ਹੈ ਕਿ ਪੀਜੀਆਈ ਸਭ ਤੋਂ ਵੱਡੀ ਪ੍ਰਾਈਮਰੀ ਇੰਸਟੀਚਿਊਟ ਹੈ ਦੇਸ਼ ਦੀ ਔਰ ਇਹ ਕਲੇਮ ਕਰਦੇ ਨੇ ਨਵਾਂ ਇੱਕ ਹਸਪਤਾਲ ਬਣਿਆ ਨਹਿਰੂ ਹਸਪੀਟਲ ਐਕਸਟੈਂਸ਼ਨ ਉਹਦੇ ਚ ਡੈਡੀਕੇਟਿਡ ਵਾਰਡ ਵੀ ਸਿਰਫ ਕੋਵਿਡ ਵਾਸਤੇ ਹੈ ਕਹਿੰਦੇ ਵੀ ਸਾਰੀ ਦੁਨੀਆ ਚੋਂ ਸਾਡਾ ਬੈਸਟ ਹੈ ਉਸ ਉਹ ਇੱਕ ਆਮ ਪ੍ਰਾਇਮਰੀ ਹੈਲਥ ਸੈਂਟਰ ਤੋਂ ਵੀ ਮਾੜਾ ਹੈ ਉੱਥੇ ਨਾ ਮੈਡੀਕਲ ਕੇਅਰ ਹੈ ਨਾ ਉੱਥੇ ਕੋਈ ਸੁਪਰਵਾਈਜ਼ਨ ਹੈ ਨਾ ਉੱਥੇ ਕੋਈ ਮਰੀਜ਼ ਦੀ ਸੁਣਵਾਈ ਹੈ ਉੱਥੇ ਕੋਈ ਸੈਨੀਟਾਈਜ਼ਰ ਦੀ ਤੁਸੀਂ ਗੱਲ ਕਰੀ ਹੈ ਉੱਥੇ ਬਾਥਰੂਮ 'ਚ ਨਾ ਸੈਨੀਟਾਈਜ਼ਰ ਹੈ ਨਾ ਸਾਬਣ ਹੈ ਹੱਥ ਧੋਣ ਨੂੰ ਤੇ ਜਿਹੜਾ ਬਾਥਰੂਮਾ ਇੰਨਾ ਪੀੜਾ ਕਿ ਬੰਦੇ ਨੂੰ ਦਵਾਰਾ ਨਾਲ ਲਾ ਕੇ ਸਾਰੇ ਕੱਪੜੇ ਉਹਦੇ ਖਰਾਬ ਹੁੰਦੇ ਨੇ ਤੇ ਉਹੀ ਵੱਡ ਵੱਡ ਦੇ ਉੱਤੇ ਆ ਕੇ ਪਹਿਨਾਂ ਸਾਰੀ ਇਨਫੈਕਸ਼ਨ ਟਰਾਂਸਫਰ ਹੁੰਦੀ ਹੈ ਜਿਹੜਾ ਉੱਤੇ ਪਸ਼ਾਬ ਖਾਨਾ ਬਣਿਆ ਹੋਇਆ ਉਹਦੇ ਸਾਰਾ ਪਸ਼ਾਬ ਤੁਹਾਡੇ ਪੈਰਾਂ ਤੇ ਪੈਂਦਾ ਹੈ ਜਿਹੜਾ ਉੱਤੇ ਪਾਣੀ ਹੱਥ ਤੋਂ ਆਉਂਦਾ ਉਹ ਮੜ ਜਾਏ ਦੱਬੋ ਇੱਕ ਵਾਰ ਤੁਹਾਡੇ ਛਿੱਟੇ ਪੈਂਦੇ ਨੇ ਪੰਜਾ ਸਕਿੰਟਾਂ 10 ਸਕਿੰਟਾਂ ਬਾਅਦ ਬੰਦ ਹੋ ਜਾਂਦਾ ਤੁਹਾਨੂੰ 10-10 ਵਾਰੀ ਉਹ ਦੱਬਣਾ ਪੈਂਦਾ ਤਾਂ ਜਾ ਕੇ ਮਸਾਂ ਸਿਰਫ ਪਾਣੀ ਚ ਹੱਥ ਤੋਂ ਨੂੰ ਸਬਨਸੂਬਨ ਤਾਂ ਹੈ ਹੀ ਨਹੀਂ ਸੋ ਉਹ ਜਿਹੜਾ ਚੂਹੇ ਫਿਰਦੇ ਨੇ ਵੱਡੇ ਵੱਡੇ ਲੋਕਾਂ ਦੇ ਪੈਰਾਂ ਤੇ ਚੜ ਜਾਂਦੇ ਨੇ ਖਾਣੇ ਤੇ ਚੜ ਜਾਂਦੇ ਨੇ ਇਹ ਜਿਹੜਾ ਵਾਰਡ ਹੈ ਕੁਰਸੀਆਂ ਜਿੱਥੇ व्हीਲ ਚੇਅਰ ਤੇ ਜਿਸ ਤੇ ਲੈ ਕੇ ਜਾਣਾ व्हीਲ ਚੇਅਰ ਟੁੱਟੀਆਂ ਹੋਈਆਂ ਨੇ ਜੰਗ ਲੱਗੀ ਹੋਈ ਹੈ ਸੋ ਜਦ ਉੱਥੇ ਸਿਰਫ ਜਿਹੜਾ ਕੰਮ ਕਰਦੇ ਨੇ ਉਹ ਜਾਂ ਤਾਂ ਕਲਾਸ 4 ਕਰਦੇ ਨੇ ਜਾਂ ਨਰਸਾਂ ਕਰਦੀਆਂ ਨੇ ਤੇ ਜਾਂ ਫਿਰ ਡਾਈਟਾ ਦਾ ਕਰਦੇ ਨੇ ਜੇ ਉਹ ਤਿੰਨ categories ਨਾ ਹੋਣ ਤੇ ਕੋਬੜਾਬੜ ਬਿਲਕੁਲ ਹੀ ਇਹਨਾਂ ਦਾ ਬੰਦ ਹੋ ਜੇ ਕੋਈ ਸੁਪਰਵਾਈਜ਼ਰ ਨਹੀਂ ਆਉਂਦਾ ਕੋਈ ਨਰਸਿੰਗ ਸੁਪਰਵਾਈਜ਼ਰ ਨਹੀਂ ਆਉਂਦਾ ਕੋਈ ਸੀਨੀਅਰ ਅਜੈਂਟ ਬਦਰ ਨਹੀਂ ਕਰਦਾ ਤੁਸੀਂ ਕੋਈ ਸਮੱਸਿਆ ਦੱਸੀ ਜਾਓ ਕਿੰਨਾ ਮਰਜ਼ੀ ਜ਼ੋਰ ਲਾ ਲਓ ਤੁਹਾਨੂੰ ਕੁਝ ਨਹੀਂ ਦੱਸਣਾ ਪਹਿਲੀ ਗੱਲ ਹੁਣ ਦੂਜਾ ਪਾਰਟ ਦੂਜਾ ਪਾਰਟ ਇਹ ਹੈ ਫੇਕ ਰਿਕਾਰਡ ਹੋ ਰਹੀ ਸੀ ਮੇਰੀ ਮੈਨੂੰ ਕਹਿ ਦਿੱਤਾ ਕਿ ਅਸੀਂ ਜੀ ਤੁਹਾਨੂੰ ਸ਼ਿਫਟ ਕਰਨਾ ਹੈ ਮੈਂ ਕਿਹਾ ਭਾਈ ਮੇਰਾ ਤਾਂ ਟੈਂਪਰੇਚਰ 101 ਤੋਂ ਵੱਧ ਹੈ ਟੈਂਪਰੇਚਰ ਹੈ ਰੈਸਪੀਰੇਸ਼ਨ ਮੇਰਾ ਤੇਜ ਹੈ ਆਕਸੀਜਨ ਮੇਰੀ 93 ਹੈ ਕਹਿੰਦੇ ਥੋੜੀ ਤਾਂ ਨਾਰਮੜਾ ਮੈਂ ਕਿਹਾ ਚੈਕ ਰਿਕਾਰਡ ਕਰੋ ਫਾਈਲ ਤੇ ਹੁਣ ਮੇਰੇ ਸਾਹਮਣੇ ਫੇਰ ਲਿਖ ਕੇ ਚਾਹੀ ਤੁਸੀਂ ਕਰਨਾ ਕੱਢ ਦੋ ਮੈਨੂੰ ਕੋਈ ਉਹ ਨਹੀਂ ਮੈਂ ਰੋਵਾਂ ਤਾਂ ਆਕਸੀਜਨ ਹੀ ਗਿਆ ਸੀ ਜੇ ਰੋਡ ਪੈ ਜੀ ਕਿਉਂਕਿ ਮੈਂ ਹੱਡ ਦਾ ਮਰੀਜ਼ ਆ ਜੇ ਆਕਸੀਜਨ ਮੇਰੀ ਸਟੈਂਡਰਡ ਆ ਵੀ ਜੇ 94 ਤੋਂ ਘੱਟ ਆ ਆਕਸੀਜਨ ਆਉਂਦੀ ਰੋਡ ਪੈ ਸਕਦੀ ਹੈ ਸਾਡੇ ਨਹੀਂ ਮੇਰੀ ਚੰਨ ਤੋਂ ਘੱਟਦੀ ਸੀਗੀ ਤੇ ਫੇਰ ਚਲੇ ਗਏ ਉਸ ਤੋਂ ਬਾਅਦ ਨਰਸਿੰਗ ਸਿਸਟਰ ਆਈ ਮੈਂ ਉਸ ਨੂੰ ਪੁੱਛਿਆ ਤੇ ਮੈਂ ਕਿਹਾ ਵੀ ਆ ਰਿਕਾਰਡ ਫੇਰ ਕਰਦੇ ਨੇ ਮਿੰਗਾ ਜਿੱਥੇ ਤਾਂ ਫੇਕ ਹੀ ਹੋਊਗਾ ਸਾਡੇ ਕੋਲ ਸਟਾਫ ਨਹੀਂ ਹੈਗਾ ਤੇ ਨਹੀਂ ਕਰਾਉਣਾ ਨਾ ਕਰੋ ਕਿ ਜਵਾਬ ਹੈ ਉਸ ਜਦ ਮੈਨੂੰ ਆਖਿਆ ਮੈਂ ਕਿ ਫਿਰ ਮੈਂ ਲੋਕਾਂ ਚਲਾ ਜਾਊਂਗਾ ਕਹਿੰਦੇ ਚਲੇ ਜਾ ਪੀਆ ਨਾਲ ਜਵਾਬ ਦੇ ਦੇਣਗੇ ਇਹ ਤਾਂ ਮੈਂ ਤਾਂ ਕਦੇ ਸੁਣਿਆ ਨਹੀਂ ਸੀ ਵੀ ਇਦਾਂ ਦਾ ਜਵਾਬ ਹੋਏਗਾ ਵੀ ਅਸੀਂ ਦੇਖਣਾ ਹੀ ਨਹੀਂ ਜੋਰ ਨਾਲ ਉਹਨੇ ਮਤਲਬ ਉਹਦਾ ਮਤਲਬ ਇਹ ਸੀ ਵੀ ਜਹਾਜ ਜੋ ਕਰਨਾ ਕਰਦਾ ਮੈਂ ਤਾਂ ਇਹੀ ਕਰੂੰਗੀ ਕਹ ਕੇ ਤੁਰ ਗਈ ਮੇਰੇ ਕੋਲ ਕੋਈ ਟਾਈਮ ਨਹੀਂ ਸੀਨੀਅਰ ਰੈਜੀਡੈਂਟ ਆਇਆ ਉਹਨੂੰ ਪਿੱਛੇ ਵੀ ਭਾਈ ਮੇਰੇ ਰੋਜ਼ ਤੁਸੀਂ ਟੈਸਟ ਕਰਦੇ ਹੋ ਇਹ ਤਾਂ ਦੱਸ ਦੋ ਵੀ ਟੈਸਟਾਂ ਦੀ ਰਿਪੋਰਟ ਕਿਹੋ ਜੀ ਹੈ ਕੋਈ ਮਾੜੀ ਮੋਟੀ ਪ੍ਰਗਰੈਸ ਹੈ ਨਹੀਂ ਹੈ ਕਿਉਂਕਿ ਮੈਨੂੰ ਪਤਾ ਤਾਂ ਹੋਵੇ ਨਾ ਕੀ ਲੈਣਾ ਤੇ ਕਿਉਂ ਦਸੀਗੇ ਜਦੋਂ ਦਫੇ ਲੈ ਕੇ ਦੇ ਦਾਂਗੇ ਮੈਂ ਕਿਹਾ ਵੀ ਜਾਂਦੇ ਹੋਏ ਕਾ ਤਾਂ ਨਿੱਕੇ ਦੇ ਦੋਗੇ ਫਿਰ ਇੱਕ ਪਰਚੀ ਜੀ ਲੈ ਕੇ ਭੇਜਗਾ ਮੇਰੇ ਕੋਲ ਪਈਆ ਫੋਟੋ ਕਾਪੀ ਕਰੀ ਹੋਈ ਇੱਕ ਦਿਨ ਦੀ 22 ਤਰੀਕ ਦੀ ਪਰਚੀ ਜੀ ਲੈ ਕੇ ਛੱਡ ਗਿਆ ਐ ਐਕਸ-ਰੇ ਜੀ ਦਿਖਾ ਗਿਆ ਉਹਦੇ ਤੇ ਯਾਨੀ ਕਿ ਉਹਨੇ ਐਕਸ-ਰੇ ਉਹ ਤੋਂ ਮੁੜਕਵਾਇਆ ਹੀ ਨਹੀਂ ਸੀਨੀਅਰ ਰੈਜ਼ੀਡੈਂਟ ਤੁਹਾਡੀ ਗੱਲ ਨਹੀਂ ਸੁਣਦਾ ਨਰਸਿੰਗ ਸਿਸਟਰ ਤੁਹਾਡੀ ਗੱਲ ਨਹੀਂ ਸੁਣਦੀ ਨਰਸਿੰਗ ਸੁਪਰਵਾਈਜ਼ਰ ਫਿਰ ਉੱਥੋਂ ਜਿਹੜਾ ਮੈਨੂੰ ਇੱਕ ਦਿਨ ਏਸੀ ਬਹੁਤ ਤੇਜ਼ ਚੱਲਦਾ ਸੀ ਉੱਥੇ ਮਰੀਜ਼ ਪਏ ਨੇ ਜਿਨ੍ਹਾਂ ਦੇ ਕਿਸੇ ਦਾ ਡਾਇਲਿਸਿਸ ਹੋ ਰਿਹਾ ਹੈ ਕੋਵਿਡ ਦੇ ਨਾਲ ਨੇ ਕਹੀਦੀ ਆਕਸੀਜਨ 86 87 ਦੀ ਆਕਸੀਜਨ ਲੱਗੀ ਹੋਈ ਹੈ ਕੋਈ ਡਾਇਬੀਟਿਕ ਹੈ ਨਾਲ ਕੋਵਿਡ ਹੈ ਬੜਾ ਬੁਰਾ ਹਾਲ ਚ ਸੀਗੇ ਮਰੀਜ਼ ਉੱਥੇ ਟੈਂਪਰੇਚਰ ਬਹੁਤ ਡਾਊਨ ਆ ਗਿਆ ਤੇ ਠੰਡ ਲੱਗੇ ਲੋਕਾਂ ਨੂੰ ਬੁਰਾ ਹਾਲ ਉਹਨਾਂ ਦਾ ਮੇਰੇ ਕੋਲ ਤਾਂ ਮੋਟਾ ਕੰਬਲ ਸੀ ਉਹਨਾਂ ਕੋਲ ਤਾਂ ਵਿਚਾਰਿਆਂ ਕੋਲ ਕੰਬਲ ਵੀ ਆਪਦੇ ਪੱਤ ਨਹੀਂ ਸੀਗੇ ਵੀ ਜੇ ਤੋਂ ਕੋਈ ਕੰਬਲ ਦਿੰਦੀ ਨਹੀਂ ਤੇ ਉਹ ਪਤਾ ਨਹੀਂ ਸਾਰਾ ਦਿਨ ਜੋਰ ਲਾ ਰਹੇ ਉਹਨਾਂ ਨੇ ਕਿਸੇ ਨੋਟਾ ਟੈਂਪਰੇਚਰ ਰਕੋ ਠੀਕ ਨਹੀਂ ਕਰਿਆ ਥੋੜਾ ਜਿਹਾ ਵਧਾਉਣਾ ਹੀ ਸੀ ਨਾ ਤੇ ਜਿਆਦਾ ਆਖਰਕਾਰ ਦੁਪਹਿਰ ਵੇਲੇ ਅਸੀਂ 19 ਤਰੀਕ ਨੂੰ ਖਾਣੇ ਦਾ ਰੈਜ਼ਰਟਮੈਂਟ ਕਰੀਏ ਅਸੀਂ ਤਾਂ ਲੰਚ ਕਰਦੇ ਹੀ ਨਹੀਂ ਸਾਰੇ ਫਿਰ 6 ਬੈੱਡ ਸੀਗੇ ਉਸ ਵਾਰਡ ਚ ਪਾਰਟ ਚ ਟੋਟਲ 30 ਬੈੱਡ ਨੇ ਉਹ ਕਮਰੇ 6 ਸੀਗੇ 13 ਤੋਂ ਲੈ ਕੇ 18 ਤੱਕ ਸੋ ਇਹਨਾਂ ਨੂੰ ਕੋਈ ਸ਼ਰਮ ਨਹੀਂ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਅੱਡੇ ਡੇ ਚੂਹੇ ਫਿਰਦੇ ਨੇ ਉੱਥੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਤੁਸੀਂ ਜਿਹੜੇ ਬੰਦੇ ਨੂੰ ਸੁਪਰਵਾਈਜ਼ਰ ਨੂੰ ਨਾ ਤੁਸੀਂ ਮਰੀਜ਼ ਨੂੰ ਆ ਕੇ ਸਵੇਰ ਦੱਸਣਾ ਭਾਈ ਤੁਹਾਡੀ ਹਾਲਤ ਆ ਹੈਗੀ ਹੈ ਅਸੀਂ ਦੇਖ ਲਿਆ ਕੋਈ ਗੱਲ ਨਹੀਂ ਐਨੇ ਕਹਿਣਾ ਹੁੰਦਾ ਨਾ ਵੀ ਤੁਹਾਡੇ ਟੈਸਟ ਹੋਏ ਨੇ ਜਾਂ ਤੁਹਾਡਾ ਐਕਸ-ਰੇ ਹੋਇਆ ਹੈ ਜਾਂ ਤੁਹਾਡਾ ਸੀਟੀ ਸਕੈਨ ਹੋਇਆ ਹੈ ਅਸੀਂ ਦੇਖ ਲਿਆ ਇਹ ਵੀ ਨਹੀਂ ਦੱਸਣਾ ਉਹ ਜੇ ਕੋਈ ਪੁੱਛੇ ਵੀ ਨਾ ਆਏ ਮਹਿਸੂਸ ਕਰਦੇ ਨੇ ਵੀ ਜਿਵੇਂ ਸਾਨੂੰ ਸਵਾਲ ਹੀ ਕਿਉਂ ਕਰਿਆ ਸੀ ਤਾਂ ਰੱਬਾ ਸਾਨੂੰ ਸਵਾਲ ਕਿਵੇਂ ਕਰਤਾ ਇਸ ਨੇ ਇਹਦੀ ਹਿੰਮਤ ਕਿਵੇਂ ਪੈ ਗਈ ਸੋ ਇਦਾਂ ਮਿਸ ਬਿਹੇਵ ਕਰਦੇ ਨੇ ਬੰਦੇ ਨੂੰ ਆ ਲੱਗਦਾ ਮੈਨੂੰ ਸੱਚੀ ਵਿੱਚ ਉਹ ਥੈਂ ਲੱਗਦਾ ਸੀ ਵੀ ਮੈਂ ਯਾਰ ਮੈਨੂੰ ਸ਼ਰਮ ਆਉਣੀ ਚਾਹੀਦੀ ਮੈਂ ਡਾਕਟਰਾਂ ਮੈਂ ਇਸ ਪ੍ਰੋਫੈਸ਼ਨ ਚ ਜਿੱਥੇ ਇਹ ਜੇ ਇਹ ਜੇ ਬੰਦੇ ਇਕੱਠੇ ਹੋਗੇ ਇਹ ਜੀ ਇਨ ਹਿਊਮਨ ਇਨਸਾਨੀਅਤ ਦੀ ਗੱਦੀ ਛੱਡੋ ਡਾਕਟਰੀ ਦੀ ਗੱਦੀ ਛੱਡੋ ਇਹ ਤਾਂ ਇਹਨਾਂ ਨੂੰ ਤਾਂ ਫਟਕੇ ਟੋਏ ਤਾਂ 잡 ਦੇਣਾ ਚਾਹੀਦਾ ਜਿਹੜਾ ਬੰਦਾ ਇਹੋ ਜਿਹਾ ਜਵਾਬ ਦੇਵੇ ਡਾਕਟਰ ਬੰਦਾ ਉਹਨੂੰ ਕੀ ਹੱਕ ਹੈ ਕੱਪੜੇ ਦੀ ਦੁਕਾਨ ਖੋਲ੍ਹ ਲੈਂਦਾ ਨਾ ਹੜਵਾਈ ਬਣ ਜਾਂਦਾ ਨਾ ਵਪਾਰੀ ਬਣ ਜਾਂਦਾ ਉਹਨੂੰ ਡਾਕਟਰ ਬਣਨ ਦਾ ਕੀਦ ਕਰਾ ਜਿਹਦੇ ਚ ਉਹਦਾ ਡਾਕਟਰੀ ਪ੍ਰੋਫੈਸ਼ਨ ਦੇ ਉੱਤੇ ਵੀ ਉਹਦਾ ਆਪਣੇ ਆਪ ਤੇ ਕੋਈ ਕੰਮ ਨਹੀਂ ਹੈ ਔਰ ਕਿਸੇ ਸੁਪਰਵਾਈਜ਼ਰ ਨੇ ਐਨਾ ਰੌਲਾ ਪੈਂਦਾ ਰਿਹਾ ਇੱਕ ਬੰਦੇ ਨੇ ਨਹੀਂ ਆ ਕੇ ਪੁੱਛਿਆ ਭਾਈ ਤੁਹਾਡੀ ਸਮੱਸਿਆ ਕੀ ਹੈ लोग अगे अंग्रेज दी जेल च रोटी चाक दंदे सी ता जेल सुपरिटेंट जेड़ा जेड़े ओन्ना नु क्रिमिनल समझ के जेल च रखे हुंदे सी ओ भी आके पूछदे सी यार रोटी क्यों नहीं खांदे तुसी अपने ਘਰ ਚ ਬੱਚਾ ਰੋਟੀ ਛੱਡ ਦੇ ਤਾਂ ਆਪਾਂ ਪੁੱਛਦਾਵੇਂ ਭਾਈ ਗੱਲ ਕੀ ਹੋ ਗਈ ਇਹਨਾਂ ਨੂੰ ਕੋਈ ਸ਼ਰਮ ਨਹੀਂ ਇਹਨਾਂ ਨੂੰ ਮਤਲਬ ਕੋਈ ਕੰਸਰਨ ਨਹੀਂ ਕਹਿੰਦੇ ਅਸੀਂ ਤਨਖਾਹ ਲੈਨੇ ਆ ਅਸੀਂ ਬੌਸਾਂ ਸੀ ਕੀ ਲੈਨੇ ਆ ਅਸੀਂ ਜੋ ਮਰਜ਼ੀ ਹੋਈ ਜਾਵੇ ਬਾਥਰੂਮ 3 ਫੁੱਟ 4 ਇੰਚ ਇੰਟੂ 5 ਫੁੱਟ ਦਾ ਬਾਥਰੂਮ ਹੈ ਉਨੇ ਦੁਵਾਰਾਂ ਨਾਲ ਲਾ ਕੇ ਤੁਸੀਂ ਪਿੱਛੇ ਖੜੇ ਹੋ ਕਮੋਡ ਦੇ ਤਾਂ ਗੇਟ ਬੰਦ ਕਰੋਗੇ ਦੂਜਾ ਬੰਦਾ ਤੁਹਾਡੀ ਸਪੋਰਟ ਵਾਸਤੇ ਨਹੀਂ ਉੱਥੇ ਅੰਦਰ ਜਾ ਸਕਦਾ ਕੋਵਿਡ ਵਾਰਡ ਦਾ ਇਹ ਵਾਰਡ ਹੈ ਇਹ ਨਵਾਂ ਬਣਿਆ ਹੋਇਆ ਹੈ ਇੰਜਿੰਗ ਬਗਨੇ ਕਿਉਂਕਿ ਪੈਸੇ ਖਾਦੇ ਨੇ ਇਹ ਪੈਸੇ ਖਾ ਕੇ ਇਹੋ ਜਿਹੇ ਕੰਮ ਕਰੀ ਜਾਂਦੇ ਨੇ ਇਹਨਾਂ ਨੂੰ ਕੋਈ ਪੁੱਛਦਾ ਨਹੀਂ ਹੈ ਇਹ ਇਨਕੁਆਰੀ ਹੋਣੀ ਚਾਹੀਦੀ ਵੱਡੀ ਵੀ ਜਿਹੜਾ ਇੰਨਾ ਵਾਰਡ ਕੁਰਸੀਆਂ ਟੁੱਟੀਆਂ ਨੇ ਬਾਥਰੂਮ ਇਹਨੇ ਮਾਰੇ ਨੇ ਪਾਣੀ ਇੰਨਾ ਸਪਰੇਅ ਕਰਦਾ ਹੈ ਤੇ ਉਹ ਕਮੋਡ ਟੁੱਟੇ ਹੋਏ ਨੇ ਪਾਣੀ ਦੀ ਜਿਹੜੀ ਟੂਟੀ ਚੰਗਣੀ ਵਾਲੀ ਹੁੰਦੀ ਆ ਉਹ ਟੁੱਟੀ ਹੋਈ ਆ ਚੂਹੇ ਉੱਥੇ ਫਿਰਦੇ ਨੇ ਰੈਟ ਟੈਪ ਨਹੀਂ ਲਾਇਆ ਇਹਦੀ ਇਨਕੁਆਰੀ ਕਿਉਂ ਨਹੀਂ ਕਰਦੇ ਨਵੀਂ ਬਿਲਡਿੰਗ ਬਣੀ ਆ ਔਰ ਕੋਵਿਡ ਵਾਰਡ ਜਿਹਨੂੰ ਕਹਿੰਦੇ ਨੇ ਸਾਰੀ ਦੁਨੀਆ ਦਾ ਸਾਡਾ ਬੈਸਟ ਵਾਰਡ ਹੈ ਅਗਲੀ ਗੱਲ ਅਗਲੀ ਗੱਲ ਇਹ ਹੈ ਵੀ ਕੋਵਿਡ ਚ ਚਾਰ ਨਿਸ਼ਾਨੀਆਂ ਪੂਰੀ ਦੁਨੀਆ ਦੇ ਵਿੱਚ ਕੋਈ ਇੱਥੇ ਨਹੀਂ ਹੈ ਹਰੇਕ ਮਰੀਜ਼ ਨੂੰ ਜਿਹਨੂੰ ਘਰੇ ਵੀ ਆਈਸੋਲੇਟ ਕਰਦੇ ਆ ਸੀ ਉਹਨਾਂ ਨੂੰ ਦੱਸਦੇ ਆ ਵੀ ਆ ਚਾਰ ਗੱਲਾਂ ਦਾ ਧਿਆਨ ਰੱਖਣਾ ਇੱਕ ਤੁਹਾਡੀ ਆਕਸੀਜਨ 95 ਤੋਂ ਨਾ ਘਟੇ ਦੂਜਾ ਤੁਹਾਡਾ ਟੈਂਪਰੇਚਰ 101 ਤੋਂ ਨਾ ਵਧੇ 100 ਤੋਂ ਤੀਜਾ ਤੁਹਾਡਾ ਰੈਸਪੀਰੇਟਰੀ ਰੇਟ 30 ਤੋਂ ਨਾ ਵਧੇ ਚੌਥਾ ਤੁਹਾਡਾ ਬਲੱਡ ਪ੍ਰੈਸ਼ਰ ਠੀਕ ਰਹੇ ਜੇ ਇਹਨਾਂ ਚਾਰਾਂ 'ਚ ਕੋਈ ਗੜਬੜ ਹੁੰਦੀ ਹੈ ਤਾਂ ਤੁਸੀਂ ਹਸਤਾਚ ਚ ਜਾਓ ਠੀਕ ਹੋ ਗਿਆ ਇਹ ਚਾਰੇ ਰਿਕਾਰਡ ਗੰਦ ਕਰ ਰਹੇ ਨੇ ਪੀਜੀਆਈ ਦਾ ਡੈਡੀਕੇਟਿਡ ਕੋਰਡ ਵਾਲਾ ਆ ਪਿਆ ਮੇਰੇ ਕੋਲ ਚਾਰਟ ਡੈਡੀਕੇਟਿਡ ਕੋਰਡ ਵਾਲ ਨੂੰ ਝੂਠ ਰਿਕਾਰਡ ਕਰ ਰਿਹਾ ਕੀ ਕਰੋਗੇ ਤੁਸੀਂ ਹਰ ਜੇ ਉਹਨਾਂ ਨੂੰ ਕਹੋ ਕਹਿੰਦੇ ਅਸੀਂ ਦਾਈ ਕਰਾਂਗੇ ਫਿਰ ਮੈਨੂੰ ਉਹ ਪਹਿਲੇ ਦਿਨ ਜਦ ਮੈਂ ਗਿਆ ਕੁਰਸੀ ਦੇ ਉੱਤੇ ਪੈਡ ਹੈ ਨਹੀਂ ਸਮਾਨ ਸਾਰ ਮਤਲਬ ਮਰੀਜ਼ ਦੇ ਪੱਤਿਆਂ ਦੇ ਉੱਤੇ ਸਮਾਨ ਰੱਖ ਕੇ ਲੈ ਕੇ ਜਾਂਦੇ ਨੇ ਜਿਹੜਾ ਕੋਵਿਡ ਦਾ ਮਰੀਜ਼ ਦਾਖਲ ਹੁੰਦਾ ਹੈ ਉਹਦੇ ਉੱਤੇ ਸਮਾਨ ਰੱਖਦੇ ਨੇ ਉਹਨੂੰ ਆਪ ਸਪੋਰਟ ਕਰਨਾ ਪੈਂਦਾ ਸਮਾਨ ਨੂੰ ਇਹੋ ਜਿਹਾ ਬੁਰਾ ਹਾਲ ਹੈ ਕੱਲ ਪਰਸੋਂ ਮੈਨੂੰ ਕਹਿਗੇ ਵੀ ਡਿਸਚਾਰਜ ਕਰਦੇ ਹਾਂ ਸਾਰਾ ਦਿਨ ਦੱਸੇ ਹੀ ਨਹੀਂ ਬਾਰ ਬਾਰ ਪੁੱਛਦੇ ਰੇ ਰਾਤ ਨੂੰ 8 ਵਜੇ ਦਾ ਕਿਹਾ ਵੀ ਅੱਜ ਨਹੀਂ ਕਰਨਾ ਵੀ ਕੋਈ ਆਰਡਰ ਨਹੀਂ ਹੋਈ ਸਵੇਰੇ ਆਰਡਰ ਕਰਕੇ ਨੇ 11:30 ਵਜੇ ਕਿਸੇ ਨੇ ਨਹੀਂ ਕੋਈ ਕੁਬਦ ਕੱਲ ਡਿਸਚਾਰਜ ਕਰਿਆ ਤੇ ਇਹ ਰੂਲ ਹੁੰਦਾ ਵੀ ਆ ਜਿਹੜਾ ਕੋਈ ਕਨੂਰ ਲੱਗਿਆ ਹੋਰ ਹੈ ਉਹਨੂੰ ਸਾਫ਼ ਕਰਕੇ ਕੋਈ ਨਹੀਂ ਆਇਆ ਕਲਾਸ ਫੋਰ ਆਇਆ ਉਠੋ ਕੁਰਸੀ ਤੇ ਬਿਠਾਤਾ ਉੱਤੇ ਮੇਰੇ ਸਮਾਨ ਰੱਖਤਾ ਮੇਰਾ ਮੇਰੇ ਪੱਟਾਂ ਦੇ ਉੱਤੇ ਰੱਖ ਕੇ ਐ ਉੱਚਾ ਹੋ ਗਿਆ ਉਹ ਕਿਉਂਕਿ ਦੋ ਬੈਗ ਸੀਗੇ ਉੱਤੇ ਕੰਬਲ ਸੀਗਾ ਮੋਟਾ ਉਹਦੇ ਉੱਤੇ ਸਹਰਾਣਾ ਸੀ ਉਹਨੂੰ ਐ ਦੱਬ ਕੇ ਰੱਖੋ ਤੇ ਫਿਰ ਉੱਤੇ ਜਾ ਕੇ ਕੁਰਸੀ ਉਹ ਰੈਂਪ ਬੜੀ ਗਲਤ ਬਣੀ ਹੋਈ ਆ ਇਹਨਾਂ ਦੀ ਕਿਉਂਕਿ ਇੰਨੇ ਵਿੰਗ ਨੇ ਤਾਂ ਪੈਸੇ ਖਾਣੇ ਨੇ ਮੈਂ ਮੈਨੂੰ ਕੋਈ ਝਿਜਕ ਨਹੀਂ ਆਇਆ ਕਹਨ ਚ ਇਹ ਅਜਿਨ ਕੋਈ ਰਾਣ ਵੀ ਕਿੰਨਾ ਪੈਸਾ ਖਾਦਾ ਉਹਦੇ ਚ ਤੇ ਉਹ ਅੰਠਾ ਗਿਰੀ ਤੇ ਮੈਂ ਐਡੇ ਮੇਰੇ ਹਾ ਗੋਡਾ ਦੇਖੋ ਆ ਇੰਜਰੀ ਹੋਈ ਆ ਮੇਰੇ ਗੋਡੇ ਦੇ ਉੱਤੇ ਹੈ ਤੇ ਆ ਕੋਹਨੀਆ ਤੇ ਲੱਗਿਆ ਮੇਰੀ ਬੈਕ ਇੱਕ ਪਹਿਲੇ ਹੀ ਮੇਰਾ ਸਪਾਈਨ ਫ੍ਰੈਕਚਰ ਹੋਇਆ ਹੋਇਆ ਬੜੀ ਬੁਰੀ ਟਰਮ ਆਇਆ ਕਿਸੇ ਨੇ ਆ ਕੇ ਇਹ ਨਹੀਂ ਪੁੱਛਿਆ ਭਾਈ ਜਦਾ ਸੜਤ ਨਹੀਂ ਲੱਗੀ ਉਲਟਾ ਮੈਨੂੰ ਕਹਿੰਦੇ ਚੱਕ ਕੇ ਸੜਕ ਤੇ ਸੁੱਟ ਦਾਂਗੇ ਉਹਨਾਂ ਦਾ ਸਕਿਉਰਿਟੀ ਐਡਵਾਈਜ਼ਰ ਆਇਆ ਮੇਰੇ ਕੋਲ ਤਾਂ ਕਹਿੰਦਾ 995 ਮਾਸਕ ਨਹੀਂ ਉਹ 20 ਫੁੱਟ ਤੇ ਖੜਾ ਹੋ ਗਿਆ ਉਹਨਾਂ ਦੀ ਉਹਦੀ ਡਿਊਟੀ ਬੰਦੀ ਸੀ ਜਦ ਐਕਸੀਡੈਂਟ ਉਹਦੇ ਹਸਾਲ ਚ ਹੋਇਆ ਕਿ ਵੀ ਮੇਰਾ ਮੈਡੀਕਲ ਐਗਜ਼ਾਮੀਨੇਸ਼ਨ ਕਰਾਉਂਦੇ ਕੋਈ ਜ਼ਿਆਦਾ ਸੱਟਾ ਨਹੀਂ ਲੱਗੀ ਉਹਦਾ ਰਾਜ ਕਰਾਉਂਦੇ ਬਿਲਕੁਲ ਜੇ ਪੀਜੀਆਈ ਦੇ ਵਿੱਚ ਤੁਸੀਂ ਮਰੀਜ਼ ਨੂੰ ਕੁਰਸੀ ਤੋਂ ਦੇ ਦੇ ਕੇ ਤੁਸੀਂ ਉਹਨੂੰ ਉਹਦਾ ਮੈਡੀਕਲ ਐਗਜ਼ਾਮੀਨੇਸ਼ਨ ਕਰਨ ਨੂੰ ਤਿਆਰ ਨਹੀਂ ਉਹਨੂੰ ਮੈਡੀਕਲ ਰੇਟ ਦੇ ਨੂੰ ਤਿਆਰ ਨਹੀਂ ਉਹਨੂੰ ਤੁਸੀਂ ਉਲਟਾ ਕਹਿੰਦੇ ਹੋ ਤੁਹਾਨੂੰ ਸੜਕ ਤੇ ਸੁੱਟ ਦਾਂਗੇ ਉਹਦੇ ਘਰਦਿਆਂ ਨੂੰ ਰੋਪ ਦਿਨੇ ਹੋ ਫੋਨ ਕਰ ਦਿਓ ਵੀ ਅਸੀਂ ਇਹਨੂੰ ਚੱਕ ਕੇ ਬਾਹਰ ਮਾਰਨਾ ਤੇ ਫਿਰ ਕੀ ਕਰੂ ਬੰਦਾ ਇਹ ਹੋਈ ਪੀਜੀ ਹਸਤਾ ਜਿਹੜਾ ਹੈਗਾ ਇੱਕ ਲਾਈਨ ਕਹਿਣਾ ਜਦ ਇਹ ਮੇਰੇ ਨਾਲ ਇਦਾਂ ਕਰਦੇ ਗਏ ਮੈਂ ਕਿਹਾ ਫਿਰ ਮਾਰੋ ਮੈਨੂੰ ਫੋਨ ਆਇਆ ਮੇਰੀ ਬੇਟੀ ਦਾ ਪਾਪਾ ਬੇਇੱਜ਼ਤੀ ਬੜੀ ਕਰਨਗੇ ਇਹਨਾਂ ਨੇ ਫੈਸਲਾ ਕਰ ਲਿਆ ਵੀ ਤੁਹਾਨੂੰ ਸੁੱਟ ਦੇਣਾ ਬਾਹਰ ਮੈਂ ਕਿਹਾ ਸੁੱਟ ਦੇਣਾ ਗੋੜੀ ਮਾਰ ਦੇਣਾ ਜਿਹੜਾ ਇਹਨਾਂ ਨੇ ਕਰਨਾ ਕਰ ਲਿਆ ਨਾ ਜੋ ਇਹ ਨਾ ਜਿਉ ਉਹ ਇਹਨਾਂ ਨੇ ਕਰਨਾ ਕਰ ਲਿਆ ਨਾ ਮੈਂ ਨਹੀਂ ਇਹ ਉਹ ਕਰਦਾ ਵੀ ਇਹ ਮੈਨੂੰ ਗਾਲਾਂ ਕੱਢੀ ਜਾਂਦੇ ਮੈਨੂੰ ਐਦਾਂ ਕੁੱਟਮਾਰ ਕਰੀ ਜਾਂਣ ਮੈਂ ਨਹੀਂ ਇਹ ਟੋਲਰੇਟ ਕਰਦਾ ਤੇ ਫੇਰ ਉਸ ਤੋਂ ਬਾਅਦ ਰੋ ਪਾਈ ਗਏ ਰੋ ਪਾਈ ਗਏ ਰੋ ਪਾਈ ਗਏ ਵੀ ਇਹਦਾ ਤੇ ਜੀ ਇਹ ਤਾਂ ਹੈ ਜੀ ਫਲਾਣਾ ਉਹ ਭਲੇ ਉਹ ਮਾਨਸੋ ਤੁਸੀਂ ਐਕਸੀਡੈਂਟ ਕਰਤਾ ਥੋੜਾ ਕਸੂਰ ਹੈ ਨਹੀਂ ਹੈ ਛੱਡੋ ਐਕਸੀਡੈਂਟ ਤਾਂ ਕਰਿਆ ਨਾ ਤੁਸੀਂ ਤੁਸੀਂ ਤਾਂ ਰਾਸ ਦਾ ਕਰਾ ਲਓ ਤੁਸੀਂ ਰਾਜੀ ਨਹੀਂ ਕਰਾਉਣੇ ਤਿਆਰ ਤੁਸੀਂ ਮਰੀਜ਼ ਨੂੰ ਵੀ ਨੂੰ ਉੱਛਣ ਨੂੰ ਤਿਆਰ ਵੀ ਸੱਟ ਕਿੰਨੀ ਲੱਗੀ ਆ ਤੁਸੀਂ ਕਿਸੇ ਨੂੰ ਦਿਖਾਉਣ ਨੂੰ ਤਿਆਰ ਨਹੀਂ ਡਾਕਟਰ ਨੂੰ ਕੋਵਿਡ ਦਾ ਪੇਸ਼ੈਂਟ ਤੁਸੀਂ ਡਿਸਚਾਰਜ ਕਰ ਰਹੇ ਹੋ ਉਹਨੂੰ ਤੁਸੀਂ ਗੇਰ ਦਿੰਦੇ ਹੋ ਉਹਦੇ ਏਡੀ ਸੱਟ ਲੱਗਦੀ ਆ ਉਹਦਾ ਸਮਾਨ ਖਿੱਲਰ ਜਾਂਦਾ ਹੈ ਉਲਟਾ ਤੁਸੀਂ ਉਹਨੂੰ ਕਹਿੰਦੇ ਸੜਕ ਤੇ ਸੁੱਟਾਂਗੇ ਇਹੋ ਜਿਹੇ ਬੰਦਿਆਂ ਨੂੰ ਫਾਂਸੀ ਦੇਣ ਦੀ ਲੋੜ ਹੁੰਦੀ ਆ ਜਿਹੜੇ ਬੰਦੇ ਇੰਨੇ ਹੋਣੇ ਹਿਊਮਨ ਨਹੀਂ ਹੈਗੇ ਇਹਨਾਂ ਦੀ ਡਿਊਟੀ ਬੰਦੀ ਸੀ ਇਹਨਾਂ ਨੂੰ ਡਿਸਮਿਸ ਕਰ ਦੇਣਾ ਚਾਹੀਦਾ ਜਿਨੇ ਇੰਨੀਆਂ ਜਗਰ ਨਕਰੀਆਂ ਇਹਨਾਂ ਨੇ ਇਹਨਾਂ ਦਾ ਕੋਈ ਡਿਊਟੀ ਨਹੀਂ ਦਾ ਮਤਲਬ ਡਾਇਰੈਕਟਰ ਕੀ ਕਰਦਾ ਬੈਠਾ ਮੈਡੀਕਲ ਸੁਪਰਡੈਂਟ ਕੀ ਕਰਦਾ ਅੱਖਾਂ ਬਚੀ ਇਹਨਾਂ ਉਹਨਾਂ ਨੇ ਉਹਨਾਂ ਨੂੰ ਨਹੀਂ ਪਤਾ ਵੀ ਸਾਡੇ ਹਸਪਤਾਲ 'ਚ ਕੀ ਹੋ ਰਿਹਾ ਹੈ ਇਹ ਜਾਣਬੁੱਝ ਕੇ ਕਰ ਰਹੇ ਨੇ ਇਹ ਕਹਿੰਦੇ ਨਰੋਗਾਂ ਦਾ ਕੀ ਹੈ ਜੋ ਮਰਜ਼ੀ ਅਸੀਂ ਕਰੀਏ ਏ ਭੋਜਾ ਪੀਜੀ ਦੀ ਗੱਲ ਕਰੀ ਪੀਜੀ ਦੇ ਵਿੱਚ ਤੁਹਾਨੂੰ ਹੀ ਪਤਾ ਤੁਸੀਂ ਡਾਕਟਰ ਸਾਹਿਬ ਪੰਜ ਛੇ ਸਟੇਟਾਂ ਦਾ ਜਿਹੜੇ ਹੈਗੇ ਨੇ ਇੱਥੇ ਪੇਸ਼ੇਂਟ ਆਉਂਦੇ ਨੇ ਫਿਰ ਉਹਨਾਂ ਪੇਸ਼ੇਂਟਾਂ ਦਾ ਕੀ ਹਾਲ ਹੁੰਦਾ ਹੋਊਗਾ ਜਿਹੜੇ ਮਰੀਜ਼ ਬਾਕੀ ਆਉਂਦੇ ਨੇ ਤੁਸੀਂ ਕੋਵਿਡ ਦੇ ਮਰੀਜ਼ ਹੈਗੇ ਸੀ ਉਹ ਵੀ ਬੜੇ ਇਲਾਜ ਚੱਲਦੇ ਨੇ ਇੱਥੇ ਕਿਉਂਕਿ ਸਾਰਿਆਂ ਨੇ ਇੱਥੇ ਹੀ ਆਸਟਾ ਟਕਾ ਕੇ ਬੈਠ ਦੇਣਗੇ ਚਲੋ ਪੀਜੀ ਲੈ ਚੱਲਦੇ ਆ ਠੀਕ ਹੋ ਜਾਣਗੇ ਅਸੀਂ ਉੱਥੋਂ ਦੀ ਬਿਥੇਰੇ ਨੂੰ ਤੰਗ ਕਰਦੇ ਨੇ ਬਿਥੇਰੇ ਨਾਲ ਠੱਗੀਆਂ ਮਾਰਦੇ ਨੇ ਤੰਗ ਕਰਦੇ ਨੇ ਇਹਨਾਂ ਨੇ ਆਪਣੇ ਏਜੰਟ ਰੱਖੇ ਹੋਏ ਨੇ ਉੱਥੋਂ ਆ ਕੇ ਬਾਹਰੋਂ ਸੈਂਪਲ ਲੈ ਜਾਂਦੇ ਨੇ ਉਹ ਇਹ ਨਾ ਇੱਕ ਫੈਕਟਚਮ ਇਹਨੂੰ ਦਿੱਤਾ ਉਹਦੇ ਚਿਕਤਾ ਸੋਡੀਅਮ ਬਾਈਕਾਰਬੋਨੇਟ ਦੀਆਂ ਗੋਲੀਆਂ ਸੀਗੀਆਂ ਉਹ ਸੋਡੀਅਮ ਬਾਈਕਾਰਬੋਨੇਟ ਦੀਆਂ ਗੋਲੀਆਂ ਮਾਰਚ 'ਚ ਖਤਮ ਹੋ ਰਹੀਆਂ ਉਹਦੀ ਮਿਆਦ 2 ਸਾਲ ਦੀ ਮਿਆਦ ਹੁੰਦੀ ਹੈ ਮਾਰਚ 'ਚ ਖਤਮ ਹੋ ਰਹੀ ਹੈ ਕਿਉਂਕਿ ਜਦ 2-3 ਮਹੀਨੇ ਰਹਿ ਜਾਂਦੇ ਨੇ ਦਵਾਈ ਦੇ ਮਿਆਦ ਦੇ ਉਹਨੇ ਖਰੀਦ ਲੈਂਦੇ ਨੇ ਸਸਤੀਆਂ ਤੇ ਪੈਸੇ ਉਹਦੇ ਪੂਰੇ ਭਾ ਦਿੰਦੇ ਨੇ ਬਿੱਲ ਪੂਰਾ ਬਣਵਾ ਲੈਂਦੇ ਨੇ ਇਦਾਂ ਹੀ ਕੋਈ ਜ਼ਿੰਕ ਦੀਆਂ ਗੋਲੀਆਂ ਦਿੰਦੇ ਸੀ ਉਹਦੀ ਜੁਲਾਈ 'ਚ ਆ ਪਾਇਆ ਮੇਰੇ ਕੋਲੇ ਜੁਲਾਈ ਦੇ ਵਿੱਚ ਉਹਦੀ ਐਕਸਪਾਇਰੀ ਹੈ ਇਹਦੇ ਵਿੱਚ ਮੇਰੇ ਫੋਟੋ ਪਈ ਹੈ ਸੋ ਜੇ ਤੁਸੀਂ ਘੱਟੀਆਂ ਦਵਾਈਆਂ ਖਰੀਦੀਆਂ ਨੇ ਐਕਸਪਰਟ ਦਵਾ ਨਖਰੀਦੀਆਂ ਨੇ ਉੱਥੇ ਚੂਹੇ ਫਿਰਦੇ ਰਹਿੰਦੇ ਨੇ ਤੁਸੀਂ ਮਰੀਜ਼ ਨੂੰ ਭੋਰਾ ਵੀ ਸੂਚਨਾ ਨਹੀਂ ਦੇਣੀ ਉਲਟਾ ਮਰੀਜ਼ ਨੂੰ ਤੰਗ ਕਰਨਾ ਹੈ ਉਲਟਾ ਪੁੱਠਾ ਬੋਲਣਾ ਹੈ ਤੁਸੀਂ ਉਹਨੂੰ ਰੋਹ ਪਾਉਣਾ ਹੈ ਤੇ ਫਿਰ ਤੁਸੀਂ ਉੱਥੇ ਪੀਜੀ ਚਲਾ ਕਦੇ ਵਾਸਤੇ ਰਹੋ ਉਹਦੇ ਵਿੱਚ ਜੇ ਕੋਈ ਕੋਊਗਾ ਫਰਾਨੇ ਦਾ ਮੈਂ ਕਹਿੰਦਾ ਡਾਇਰੈਕਟਰ ਕੀ ਕਰਦਾ ਹੈ ਮੈਡੀਕਲ ਸੁਪਰਡੈਂਟ ਕੀ ਕਰਦਾ ਹੈ ਇਹਨਾਂ ਦੀ ਇੰਜੀਨੀਅਰਿੰਗ ਕੀ ਕਰਦੀ ਹੈ ਜਿੱਥੇ ਇੰਨਾ ਗੰਦ ਪਿਆ ਪਿਆ ਬਿਲਡਿੰਗ ਦਾ ਜਿੱਥੇ ਪਾਣੀ गिरਦਾ ਹੈ ਸਭ ਕੁਝ ਛੁੱਟਿਆ ਹੋਇਆ ਕੌਣ ਦੇਖਦਾ ਉਹਨੂੰ ਕਿਹੜੇ ਕਿਹੜੇ ਟਿਕਰੇ ਕਿ ਉਹ ਦੇਖ ਕੇ ਭਾਈ ਕਮੋੜ ਤੋਂ ਛਿੱਟੇ ਘੋਂ ਪੈਣ ਦੇ ਪਿਸ਼ਾਬ ਦੇ ਪਾਣੀ ਤੁਸੀਂ ਚਰਾਉਣਾ ਤੁਹਾਡੇ ਸਾਰੇ ਕੱਪੜੇ ਖਰਾਬ ਕਿਉਂ ਹੁੰਦੇ ਨੇ ਉਹ ਕਮਰ ਟੁੱਟਿਆ ਹੋਇਆ ਕਿਉਂ ਆ ਲੈਟਰ ਦਾ ਉਥੇ ਅੰਦਰ ਕਿਉਂ ਨਹੀਂ ਮਰੀਜ਼ ਨੂੰ ਵੀਲ ਚੇਅਰ ਜਾਣੀ ਚਾਹੀਦੀ ਅੰਦਰ ਜੇ ਵੀਲ ਚੇਅਰ ਨਹੀਂ ਕੋਈ ਟੁਕੜ ਕੋਈ ਫੜਕੇ ਚ ਅੰਦਰ ਲੱਗੇ ਜਾਵੇ ਕੋਵਿਡ ਵਾਰਡ ਚ ਜਿੱਥੇ ਮਰੀਜ਼ ਇਨਫਰਮ ਹੁੰਦਾ ਮਰੀਜ਼ ਕਰਦਾ ਪਿਆ ਉਹਦੀ ਕੋਈ ਸੂਚਨਾ ਨਹੀਂ ਹੈ ਤੁਸੀਂ ਉਹਨੂੰ ਸਾਈਕੋਲੋਜੀਕਲੀ ਕੁਝ ਦੱਸਣਾ ਹੁੰਦਾ ਵੀ ਕੀ ਹੈ ਤੁਸੀਂ ਦੱਸ ਹੀ ਨਹੀਂ ਤੁਸੀਂ ਉੱਡਾ ਹੀ ਬੋਲਦੇ ਹੋ ਇਹ ਤਾਂ ਇਹ ਪਤਾ ਲੱਗਦਾ ਹੈ ਵੀ ਇਹਨਾਂ ਦਾ ਕੰਸਰਨ ਨਹੀਂ ਹੈ ਸਿਰਫ ਕਾਗੀ ਕਾਰਵਾਈ ਕਰਦੇ ਨੇ ਔਰ ਰਿਕਾਰਡ ਝੂਠਾ ਮੇਰੇ ਕੋਲ ਰਿਕਾਰਡ ਹੈ ਇਹ ਝੂਠਾ ਰਿਕਾਰਡ ਮੇਨਟੇਨ ਇਹ ਝੂਠ ਦਿਖਾਉਂਦੇ ਨੇ ਪੀਜੀਆ ਜਾਨਵਜੂਕ ਝੂਠ ਦਿਖਾਉਂਦੇ ਬਸ ਇੰਨੇ ਠੀਕ ਕਰਤੇ ਜੀ ਇੰਨੇ ਠੀਕ ਕਰਤੇ ਜੀ ਹੈ ਇਹ ਤਾਂ ਮਰੀਜ਼ ਜੀ ਜਿਹੜਾ ਮਰ ਜਾਂਦਾ ਉਹ ਕਹਿੰਦੇ ਤਾਂ ਮਰੀਜ਼ ਜੀ ਸੀਰੀਅਸ ਸਿਨੈਸ ਸੀ ਜਿਆਦਾ ਸੀ ਦੇ ਡੋਨਟ ਮਾਦਰ ਦੇ ਡੋਨਟ ਟੇਕ ਕੇਅਰ ਆਈ ਆਈ ਸੀ ਸੇਵ ਵਿਦ ਰਿਸਪੌਂਸਿਬਿਲਟੀ ਸਿਰਫ ਕਲਾਸ 4 ਨਰਸਾਂ ਤੇ ਡਾਈਟ ਵਾਲੇ ਉਹ 24 ਘੰਟੇ ਕੰਮ ਕਰਦੇ ਨੇ ਉਹ ਮਰੀਜ਼ ਨੂੰ ਕੋਈ ਸੁਗ ਨਹੀਂ ਉਹਨਾਂ ਨੂੰ ਮਰੀਜ਼ ਨੂੰ ਉਠਾਉਂਦੇ ਵੀ ਨਹੀਂ ਬਿਠਾਉਂਦੇ ਵੀ ਨਹੀਂ ਬਾਥਰੂਮ ਵੀ ਲੱਕੇ ਜਾਂਦੇ ਨੇ ਖਾਣਾ ਵੀ ਠੀਕ ਤਰੀਕੇ ਨਾਲ ਦਿੰਦੇ ਨੇ ਹੋਰ ਕੋਈ ਭੋਰਾ ਕੰਮ ਨਹੀਂ ਕਰਦਾ ਸ਼ਿਕਾਇਤ ਕਰਕੇ ਤਨੂ ਆਇ ਲੱਗਦਾ ਹੈ ਵੀ ਇਦੁੱਤਾਂ ਜਰ ਮਰ ਜਾਣਾ ਚੰਗਾ ਜੇ ਇਹ ਜੇ ਇਹ ਜੇ ਬੰਦਿਆਂ ਚ ਆ ਕੇ ਤੁਸੀਂ ਬਗਿਆੜਾਂ ਚ ਮੈਂ ਕਹਾਂਗਾ ਕਿ ਬਗਿਆੜ ਨੇ ਇਹ ਜੰਗਲ ਰਾਜ ਹੈ ਇਹਨਾਂ ਦਾ ਜੰਗਲ ਦੇ ਵਿੱਚ ਬੈਠੇ ਨੇ ਇਹ ਇਹ ਬੰਦੇ ਸਿਵਲਾਈਜ਼ਡ ਸੋਸਾਇਟੀ ਦੇ ਬੰਦੇ ਨਹੀਂ ਹੈਗੇ ਸੋ ਇਹਨਾਂ ਦੇ ਉੱਤੇ ਮੈਂ ਨੋਟਿਸ ਦੇ ਰਿਹਾ ਨੋਟਿਸ ਮੈਂ ਲਿਖਿਆ ਵੀ 50 ਲੱਖ ਰੁਪਏ ਇਹਨਾਂ ਨੂੰ ਜੁਰਮਾਨਾ ਕਰਿਆ ਜਾਵੇ ਔਰ ਉਹ ਮਰੀਜ਼ਾਂ ਨੂੰ ਜਿਹੜੇ ਗਰੀਬ ਮਰੀਜ਼ਾਂ ਵਾਸਤੇ ਪੀਜੇ ਦੇ ਇਲਾਜ ਕੀ ਪਾਇਆ ਜਾਵੇ ਮੈਂ ਕੋਈ ਪੈਸੇ ਥੋੜੇ ਰਹਿਣੇ ਨੇ ਮੈਂ ਪੈਸੇ ਕੀ ਕਰਨੇ ਨੇ ਮੈਂ ਇਨਕੁਆਰੀ ਕਰੀ ਜਾਵੇ ਜੁਡੀਸ਼ੀਅਲ ਜਾਂਚ ਹੋਵੇ ਇੰਡੀਪੈਂਡੈਂਟ ਇਨਕੁਆਰੀ ਕਰੀ ਜਾਵੇ ਮੈਨੂੰ ਐਸੋਸੀਏਟ ਕਰਾ ਜਾਵੇ ਮੈਂ ਸਾਬਤ ਕਰਦਾ ਵੀ ਇਹਨਾਂ ਨੇ ਕਿੰਨੀ ਹੀ ਰਫੇਰੀ ਕਰੀ ਆ ਇਹ ਠੱਗ ਨੇ ਮੈਂ ਕਹੇ ਨੂੰ ਚਾਰਾ ਜ਼ਿੰਮੇਵਾਰੀ ਨਾ ਕਹਿਣਾ ਵੀ ਇਹ ਠੱਗ ਨੇ ਇਹ ਇਨ ਹਿਊਮਨ ਨੇ ਇਹ ਠੱਗ ਨੇ ਇਨਫੀਸ਼ੈਂਟ ਨੇ ਐਰੋਗੈਂਟ ਨੇ ਆਪਾਂ ਦੇਖਦੇ ਆ ਕਿ بڑے بڑے ਬੈਨਰ ਲੱਗੇ ਨੇ ਪੋਸਟਰ ਲੱਗੇ ਨੇ ਮੋਬਾਈਲ ਦੀ ਰਿੰਗਟਨ ਵੀ ਚੱਲਦਾ ਕਿ ਕੋਵਿਡ ਨੂੰ ਲੈ ਕੇ ਇਨਸਟਰਕਸ਼ਨ ਦਿੱਤੀਆਂ ਗਈਆਂ ਨੇ ਤੁਸੀਂ ਉਹਨਾਂ ਕਹੋ ਕਿ ਨਾ ਸੈਨੀਟਾਈਜ਼ਰ ਹੈਗਾ ਸੀ ਉੱਥੇ ਤੇ ਨਾ ਹੀ ਉਹ ਸਾਬਣ ਹੈਗਾ ਸੀ ਫਿਰ ਇਹਨਾਂ ਨੇ ਵੱਡੇ ਇਸ਼ਤਿਹਾਰ ਬੈਨਰ ਤੇ ਇਹਨਾਂ ਖਰਚਾ ਕੀਤਾ ਜਾ ਰਿਹਾ ਫਿਰ ਇਹੀ ਹਸਪਤਾਲ ਤੇ ਖਰਚਾ ਕਿਉਂ ਨਹੀਂ ਹੁੰਦਾ ਇਹਨੂੰ ਸਖਲਾਈ ਕਿਉਂ ਨਹੀਂ ਦਿੱਤੀ ਜਾਂਦੀ ਵੀ ਕੋਈ ਮਰੀਜ਼ ਨੂੰ ਕਿਦਾਂ ਟਰੀਟਮੈਂਟ ਕਰਨਾ ਹੈ ਮਰੀਜ਼ ਨੂੰ ਕਿਦਾਂ ਬੋਲਚਾਲ ਰੱਖਣਾ ਬਿਹੇਵਰ ਕਿਦਾਂ ਰੱਖਣਾ ਮਰੀਜ਼ ਤਾਂ ਆਪਦਾ ਵੈਸੇ ਹੀ ਠੀਕ ਹੋ ਜਾਂਦਾ ਪਰ ਤੁਸੀਂ ਖਰਾਬ ਕਰਦੇ ਨੇ ਇਹ ਜਾਣ ਕੇ ਖਰਾਬ ਕਰਦੇ ਨੇ ਕਹਿੰਦੇ ਅਸੀਂ ਤਾਂ ਰਾੜ ਤੁਸੀਂ ਮੈ ਇੱਕ ਦਿਨ ਚਲੋ ਮੰਨ ਲਿਆ ਵੀ ਕਦੇ ਸੈਨੀਟਾਈਜ਼ਰ ਖਤਮ ਹੋ ਗਿਆ ਹੋਵੇ ਘੰਟੇ ਵਾਸਤੇ ਆਪਾਂ ਉੱਥੇ ਸੈਨੀਟਾਈਜ਼ਰ ਰੱਖਣ ਦੀ ਜਗ੍ਹਾ ਹੀ ਨਹੀਂ ਨਾ ਸਾਬਣ ਰੱਖਣ ਦੀ ਜਗ੍ਹਾ ਤੁਸੀਂ ਬਾਥਰੂਮ ਦੇ ਕੋਵਿਡ ਦੇ ਬਾਥਰੂਮ 'ਚ ਜਿਹਨੂੰ ਡੈਡੀਕੇਟਿਡ ਵਾਰਡ ਕਹਿੰਦੇ ਆ ਇੱਥੇ ਤੁਸੀਂ ਐਪ ਦੇ ਉੱਤੇ ਰੋਜ਼ ਕਿਉਂ ਰੋਲਾ ਪਾਈ ਜੰਨੋ ਹੱਥ ਧੋ ਸੈਨੀਟਾਈਜ਼ਰ ਵਰਤੋ ਸਾਬਣ ਵਰਤੋ ਇਹ ਬਕਵਾਸ ਮਾਰਦੇ ਨੇ ਇਹ ਆਈ ਗੁੱਡ ਯੂਜ਼ ਦਿਸ ਵਰਡ ਵੀ ਜੇ ਤੁਸੀਂ ਐਨਾ ਤੁਸੀਂ ਗਵਰਨਮੈਂਟ ਆਫ ਇੰਡੀਆ ਕੀ ਕਰਦੀ ਹੈ ਕਿਉਂ ਨਹੀਂ ਪੁੱਛਦੀ ਡਾਇਰੈਕਟਰ ਵੀ ਜਿਹਨੂੰ ਵੀ ਕੀ ਕੀ ਹਾਲ ਕਰਿਆ ਤਾਂ ਇਹ ਕੋਈ ਆਇਆ ਨਹੀਂ ਹੈ ਥੱਲੇ ਵਾਲੇ 'ਚ ਹੁਣ ਕੀ ਕਰਨਗੇ ਕੜਨੇ ਰੈਕਿਡੈਂਟ ਕਰਿਆ ਉਹ ਕਲਾਸ 4 ਨੂੰ ਸਜ਼ਾ ਦੇ ਦੇਣਗੇ ਮੈਂ ਤੁਹਾਨੂੰ ਅੱਜ ਵੀ ਦੱਸਦਾ ਕਲਾਸ 4 ਨੂੰ ਸਜ਼ਾ ਦੇਣਗੇ ਵੀ ਤੂੰ ਤੂੰ ਰੇੜੀ ਤੇ ਐ ਨਹੀਂ ਪਾਇਆ ਫਲਾਣਾ ਨਹੀਂ ਪਾਇਆ ਉਹਨੂੰ ਪੁੱਛੋ ਵੀ ਕਲਾਸ 4 ਦਾ ਕੰਮ ਹੈ ਸਿਰਫ ਰੇੜੀ ਖਿੱਚਣਾ ਮਰੀਜ਼ ਨੂੰ ਰੇੜੀ ਤੇ ਕਿਵੇਂ ਪਾਉਣਾ ਹੈ ਇਹ ਉੱਥੋਂ ਦੀ ਜਿਹੜੀ ਨਰਸਿੰਗ ਸੁਪਰਵਾਈਜ਼ਰ ਹੈ ਉਹਨੇ ਦੇਖਣਾ ਹੈ ਸੀਨੀਅਰ ਰੈਜ਼ਿਡੈਂਟ ਨੇ ਦੇਖਣਾ ਵੀ ਮਰੀਜ਼ ਠੀਕ ਤਰੀਕੇ ਨਾਲ ਜਾਂਦਾ ਹੈ ਉਹਦਾ ਪੂਰਾ ਸਾਰਾ ਸਾਫ਼ ਸੂਫ ਕਰਕੇ ਜੋ ਵੀ ਕਰਨਾ ਉਹ ਇਹ ਨਰਸਿੰਗ ਸੁਪਰਵਾਈਜ਼ਰ ਤੇ ਸੀਨੀਅਰ ਐਂਡ ਦਾ ਕੰਮ ਹੈ ਉਹ ਤਾਂ ਹੱਥ ਹੀ ਨਹੀਂ ਲਾਉਂਦਾ ਮਰੀਜ਼ ਨੂੰ ਉਹ ਤਾਂ ਮਰੀਜ਼ ਨਾਲ ਗੱਦ ਵੀ ਨਹੀਂ ਗਾ ਹੱਥ ਲਾਉਣ ਦੀ ਜੇ ਤੁਸੀਂ ਉਹਨੂੰ ਗੱਲ ਸਵਾਰ ਪੁੱਛ ਲੋ ਮੈਂ ਇਸ ਗੱਲ ਦੇ ਉੱਤੇ ਹਾਂ ਕਿ ਮੈਨੂੰ ਕੋਈ ਆਏ ਨਹੀਂ ਹੈ ਵੀ ਮੈਂ ਡਾਕਟਰਾਂ ਇਸ ਕਰਕੇ ਮੈਨੂੰ ਜਰੂਰ ਦੇਖਣ ਪਰ ਮੈਂ ਇਸ ਗੱਲ ਦੇ ਉੱਤੇ ਹੈਰਾਨ ਹਾਂ ਕਿ ਉਹਨਾਂ ਨੂੰ ਪਤਾ ਵੀ ਯਾਰੀ ਡਾਕਟਰ ਹੈ ਉਹਨਾਂ ਨੂੰ ਪਤਾ ਇਹ ਸਪੈਸ਼ ਸੁਪਰ ਸਪੈਸ਼ਿਸਟ ਹੈ ਜੇ ਉਹ ਮਿੰਨੇ ਮੇਰੇ ਸਵਾਲਾਂ ਦਾ ਜਵਾਬ ਦੇਣ ਚ ਇਹੋ ਜਿਹਾ ਹਾਂਟ ਮਾੜਾ ਕਰਦੇ ਨੇ ਔਰ ਉਹਨਾਂ ਨੇ ਇਹ ਵੀ ਪਤਾ ਵੀ ਰਾਣਾ ਵੀ ਪਾ ਸਕਦਾ ਠੀ ਜਿਹੜਾ ਸਧਾਰਨ ਬੰਦਾ ਜਿਹੜਾ ਤੁਸੀਂ ਸਵਾਲ ਕਰਿਆ ਉਹਦਾ ਤਾਂ ਬਾਬਾ ਮੈਂ ਉਹ ਤਾਂ ਵਿਚਾਰਾ ਬਸ ਇਹਨਾਂ ਦੀ ਮਰਜ਼ੀ ਤੇ ਹੈ ਬੱਚ ਜੇ ਉਹਦੀ ਕਿਸਮਤ ਮਰ ਜੇ ਉਹਦੀ ਕਿਸਮਤ ਇਹ ਕੋਈ ਕਸਰ ਨਹੀਂ ਛੱਡਦੇ ਬੰਦੇ ਨੂੰ ਮਾਰਦੇ ਡਾਕਟਰ ਸਾਹਿਬ ਮਿਲਣ ਆਏ ਸੀ ਤੁਸੀਂ ਗਾਂਦ ਰਵਾੜ ਵਿੱਚ ਰਹੇ ਹੋ ਤੜਾ ਹਾਲ ਚਾਲ ਪੁੱਛਣ ਆਇਓ ਜਾਂ ਜੇ ਤੁਸੀਂ ਟੈਸਟ ਤੁਹਾਡੇ ਹੁੰਦੇ ਸੀ ਟੈਸਟ ਵਿੱਚ ਕੀ ਲਿਖਿਆ ਤੁਹਾਨੂੰ ਡੇਲੀ ਅਪਡੇਟ ਦਿੰਦੇ ਹੁੰਦੇ ਹੋ ਕਿ ਕੁਝ ਹੋਇਆ ਸੀ ਬਿਲਕੁਲ ਨਹੀਂ ਪੁੱਛਿੰਦੇ ਨਹੀਂ ਦਿੱਤੀ ਮੈਂ ਤੁਹਾਨੂੰ ਤਾਂ 22 ਤਰੀਕ ਨੂੰ ਮੈਨੂੰ ਅਲਟੀਮੇਟਲੀ ਪੁੱਛਣਾ ਪਿਆ ਰੋੜਾ ਪਾਉਣਾ ਪਿਆ ਕਿ ਭਾਈ ਮੈਨੂੰ ਦੱਸਦਾ ਦਿਓ ਜਿਹੜੇ ਮੇਰੇ ਰੋਜ਼ ਇੰਨੇ ਟੈਸਟ ਲੈਂਦੇ ਨੇ ਉਹ ਹੋ ਕੀ ਰਿਹਾ ਰਿਪੋਰਟ ਆਈ ਹੈ ਕਿ ਨਹੀਂ ਆ ਗਿਆ ਰਿਪੋਰਟ ਕੀ ਲੈਣਾ ਤੇ ਇਹ ਜਵਾਬ ਹੈ ਕੀ ਲੈਣਾ ਮੈਂ ਕਿਹਾ ਮੈਂ ਨਹੀਂ ਲੈਣਾ ਹੋਰ ਕੀ ਲੈਣਾ बता देंगे जब डिस्चार्ज करेंगे भेज देंगे ये जवाब नहीं है ये जवाब नहीं पीजीआई दे और पीजी आई ਨੂੰ ਪਤਾ ਹੈ ਕਦ ਜਦ ਮੇਰਾ ਐਕਸੀਡੈਂਟ ਹੋਇਆ ਸਾਰੇ মিডিਆ ਨੇ ਪੀਜੀ ਨੇ ਤਾਂ ਸ਼ਰਮ ਹੀ ਨਹੀਂ ਹੈ মিডিਆ ਨੇ ਉਹਨਾਂ ਨੂੰ ਫੋਨ ਕਰਕੇ ਦੱਸਤਾ ਦਿਆ ਗੜਵੱੜਤ ਕੀ ਉਹਨਾਂ ਤੋਂ ਪੁੱਛੋ ਵੀ ਕਿਸੇ ਨੇ ਕੋਈ ਫੋਨ ਕਰਕੇ ਪੁੱਛਿਆ ਵੀ ਭਾਈ ਕੀ ਤੇਰੇ ਸੱਟ ਲੱਗੀ ਕੀ ਗੱਲ ਹੋ ਗਈ ਕਿਸੇ ਨੇ ਪੁੱਛਿਆ ਉਹ ਕਹਿੰਦੇ ਹਮ ਤਾਂ ਠੀਕ ਹੈ ਹੋ ਗਿਆ ਹੋ ਗਿਆ ਫੇਰ ਕੀ ਹੈ ਇੱਥੇ ਤਾਂ ਸੰਗੜੇ ਬੰਦੇ ਮਰਦੇ ਨੇ ਪੀਜੀਆਈ ਦਾ ਮੈਂ ਕਹਿੰਦਾ ਅੱਗੇ ਥਾਣੇ ਚਾਹੇ ਕਰਦੇ ਹੁੰਦੇ ਮੈਂ ਤਾਂ ਹੈਰਾਨਾ 피ਜਿਆ ਰਹੇ ਜੇ ਉਹ ਤੁਸੀਂ ਤੁਹਾਡੇ ਕੋਵਿਡ ਵਾਰਡ ਦੇ ਵਿੱਚੋਂ ਡਿਸਚਾਰਜ ਕਰੇ ਮਰੀਜ਼ ਨੂੰ ਤੁਸੀਂ ਐ ਬੁਰੀ ਤਰ੍ਹਾਂ ਦੇਖਤਾ ਕਿ ਤੁਹਾਨੂੰ ਪਤਾ ਲੱਗਿਆ ਤੁਹਾਨੂੰ ਮੀਡੀਆ ਦੇ ਸਵਾਲ ਕਰ ਰਹੇ ਨੇ ਬਾਰ-ਬਾਰ ਪੁੱਛ ਰਹੇ ਨੇ ਤੇ ਤੁਸੀਂ ਸੁੱਤੇ ਪਿਆ ਕਿਉਂਕਿ ਤੁਹਾਨੂੰ ਤਾਂ ਕੋਈ ਕੰਸਰਨ ਨਹੀਂ ਆ ਇਹ ਤੋਂ ਪਤਾ ਲੱਗਦਾ ਇਹ ਤੋਂ ਪਤਾ ਲੱਗਦਾ ਕਿ ਕਿੰਨੇ ਮਾੜੇ ਨੇ ਇਹ ਤੋਂ ਪਤਾ ਲੱਗਦਾ ਕਿੰਨੇ ਇਨ ਹਿਊਮਨ ਨੇ ਨਹੀਂ ਤਾਂ ਬੰਦਾ ਸੋਚਦਾ ਜੇ ਕਿਤੇ ਦੂਰ ਵੀ ਕੋਈ ਗਿਰ ਜੇ ਨਾ ਅਗਲਾ ਜਾ ਕੇ ਭੱਜ ਕੇ ਪੁੱਛਦਾ ਆਮ ਬੰਦੇ ਇਹਨਾਂ ਨੇ ਤਾਂ ਆਮ ਬੰਦੇ ਆ ਦੀ ਗੱਲ ਵੀ ਛੱਡਤੀ ਇੱਥੇ ਸੜਕ ਦੇ ਉੱਤੇ 20 ਵਾਰੀ ਐਕਸੀਡੈਂਟ ਹੁੰਦੇ ਨੇ 50 ਬੰਦੇ ਇਕੱਠੇ ਹੋ ਕੇ ਉਹਨੂੰ ਚੱਕ ਕੇ ਲੈ ਕੇ ਜਾਂਦੇ ਨੇ ਇਹਨਾਂ ਤੋਂ ਆਮ ਬੰਦੇ ਆ ਦੀ ਗੱਲ ਵੀ ਛੱਡਤੀ ਜਦ ਇਹਨਾਂ ਨੇ ਮੇਰਾ ਐਕਸੀਡੈਂਟ ਕਰਤਾ ਇਹਨਾਂ ਦਾ ਆਪਦਾ ਖਸੂਰ ਹੈ ਇਹਦੇ باوجود ਮੇਰਾ ਮੈਡੀਕਲ ਐਗਜ਼ਾਮੀਨੇਸ਼ਨ ਹੀ ਨਹੀਂ ਕਰਾਇਆ ਮੈਨੂੰ ਮੈਡੀਕਲ ਇਹ ਨਹੀਂ ਨਹੀਂ ਦਵਾਈ ਆ ਦਿਖ ਰੋ ਤੁਹਾਡੇ ਸਾਹਮਣੇ ਲੱਗੀ ਹੈ ਕੋਈ ਦਵਾਈ ਬਸ ਇਹ ਜੇ ਹੁਣ ਇਹਦੇ ਉੱਤੇ ਜਿੱਦਾਂ ਦਾ ਇਹ ਉਹ ਇੰਜਰੀ ਹੈ ਨਾ ਇਹਦੇ ਟੈਟਨਸ ਹੋਣ ਦਾ ਬ ਉੰਜ ਮੈਨੂੰ ਟੈਕਨਸ ਹੋ ਜੇ ਇਹ ਤਾਂ ਕਹਿੰਗੇ ਅਸੀਂ ਕੀ ਕਰੀਏ ਜੇ ਇਹਨਾਂ ਨੇ ਆਪਦਾ ਇਲਾਜ ਨਹੀਂ ਕਰਾਇਆ ਇਹਨਾਂ ਤਾਂ ਹੀ ਕਹਿਣਾ ਨਾ ਇਹਨਾਂ ਦਾ ਮੂੰਹ ਝਾੜ ਦੇਣਾ ਜਦੋਂ ਖਵਾਦਾਂ ਚ ਬੜੀਆਂ ਫੋਟੋ ਤਸਵੀਰਾਂ ਆਉਂਦੀਆਂ ਮੀਡੀਆ ਵਿੱਚ ਬੜੀ ਤਸਵੀਰਾਂ ਆਉਂਦੀਆਂ ਕਿ ਪੀਜੀ ਨੇ ਨੇ ਠੀਕ ਕਰਤੇ ਨੇ ਪਿੱਛੇ ਸੀਨੀਅਰ ਡਾਕਟਰ ਖੜੇ ਹੁੰਦੇ ਨੇ ਵੀ ਅਸੀਂ ਇਹਨੇ ਮੇਰੀ ਠੀਕ ਕਰ ਦਿੱਤੇ ਅੱਜ ਇਹਨੇ ਜੇਲੇ ਨਾਲ ਚਲਦੇ ਪਏ ਨੇ ਫਿਰ ਇਹ ਫੋਟੋ ਖਚਾਣ ਜੋਗੀ ਨਹੀਂ ਪੀਜੀ ਵਾਲੇ ਕਿਹੜੇ ਹੁੰਦੇ ਨੇ ਇਹ ਝੂਠੀਆਂ ਖੜਾਉਂਦੇ ਨੇ ਐ ਕਰੋ ਤੁਸੀਂ 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 ਇਹਨਾਂ ਤੋਂ ਪਰਮਿਸ਼ਨ ਮੰਗੋ ਵੀ ਜੇ ਅਸੀਂ ਜਾ ਕੇ ਜਿਹੜਾ ਤੁਹਾਡਾ ਡੈਡੀਕੇਟਿਡ ਕੋਰਡ ਵਾਲਾ ਹੈ ਜਿੱਥੇ ਨਮਹ ਸਤ ਬਣਿਆ ਅਸੀਂ ਉਹਦੇ ਬਾਤ ਸੁਣ ਮੋਦੀਆਂ ਫੋਟੋਆਂ ਲੈਣੀਆਂ ਚਾਹੁੰਦੇ ਆ ਆ ਪਈਆਂ ਨੇ ਫੋਟੋ ਜਿੰਨੀਆਂ ਦੇਖੋ ਅੱਖੋਂ ਮੇਰੇ ਦਿਖਾ ਦੇਣਾ ਸੋ ਇਹ ਜਿਹੜਾ ਨਾ ਇਹ ਇਹ ਜਿਹੜਾ ਬਦਮਾਸ਼ੀ ਹੈ ਇਹਨਾਂ ਦੀ ਇਸ ਬਦਮਾਸ਼ੀ ਦੇ ਵਿੱਚ ਇਹ ਕੀ ਕਰਦੇ ਨੇ ਵੀ ਅਸੀਂ ਤਾਂ ਮਹਾਰਾਜਾ 108 ਹਾਂ ਜੀ ਸਾਡਾ ਕੀ ਹੈ ਜੀ ਸਾਨੂੰ ਕੌਣ ਵਿਗਾੜ ਲੂ ਜੀ ਇਹ ਕੋਈ ਤਰੀਕਾ ਨਹੀਂ ਹੁੰਦਾ ਮੈਂ ਕਹਿੰਦਾ ਤੁਹਾਨੂੰ ਕੋਈ ਕੁਝ ਵੀ ਨਾ ਕਹਿ ਸਕੇ ਤੁਹਾਨੂੰ ਕੋਈ ਸਜ਼ਾ ਨਾ ਦੇ ਸਕੇ ਤੁਹਾਨੂੰ ਕੋਈ ਨੰਤ ਵੀ ਨਾ ਪਾਸ ਸਕੇ ਪਰ ਤੁਹਾਡੀ ਆ ਆਪਣਾ ਆਤਮਾ ਤਾਂ ਹੈਗੀ ਐ ਤੁਸੀਂ ਡਾਕਟਰ ਹੋ ਤੁਸੀਂ ਹੜਵਾਈ ਨਹੀਂ ਹੈਗੇ ਤੁਸੀਂ ਕੱਪੜੇ ਦੀ ਦੁਕਾਨ ਖੋਲ੍ਹ ਲਓ ਫਿਰ ਜੇ ਨਹੀਂ ਹੈ ਸ਼ਰਾਬ ਦਾ ਠੇਕਾ ਖੋਲ੍ਹ ਲਓ ਜੇ ਜੇ ਪੈਸੇ ਕਮਾਉਣੇ ਨੇ ਜੇ ਇਹ ਰਫੀਰੀ ਕਰਨੀ ਹੈ ਬਦਮਾਸ਼ ਬਣ ਜਾਓ ਲੁੱਟਣਾ ਸ਼ੁਰੂ ਕਰ ਦਿਓ ਲੋਕਾਂ ਨੂੰ ਜੇ ਇਹੀ ਕੁਝ ਕਰਨਾ ਹੈ ਇਹਦੀ ਬਜਾਏ ਕਿ ਤੁਸੀਂ ਡਾਕਟਰ ਕਾ ਦਾ ਵਸੇ ਬਣੇ ਹੋ ਫਿਰ ਜੇ ਤੁਸੀਂ ਡਾਕਟਰ ਦੀ ਗੱਲ ਹੀ ਨਹੀਂ ਕਰਨੀ ਜੇ ਤੁਸੀਂ ਮਰੀਜ਼ਾਂ ਇੰਨੇ ਹੀ ਮਾੜਾ ਹਾਲ ਕਰਨਾ ਕੋਈ ਕੋ ਜਿੰਮੇਵਾਰੀ ਨਹੀਂ ਕਿਉਂਕਿ ਇਹਨਾਂ ਨੂੰ ਕੋਈ ਡਰ ਹੀ ਨਹੀਂ ਕਹਿੰਦੇ ਮੇਰਾ ਮੀਆਂ ਘਰ ਨਹੀਂ ਮੈਨੂੰ ਕਿਸੇ ਦਾ ਡਰ ਨਹੀਂ ਇਹਨਾਂ ਨੂੰ ਕਿਸੇ ਦੀ ਕੋਈ ਸਜ਼ਾ ਤੇ ਇਹਨਾਂ ਨੂੰ ਕਿਸੇ ਦੀ ਕੋਈ ਚਿੰਤਾ ਨਹੀਂ ਹੈ ਕਿਸੇ ਦੀ ਕੋਈ ਡਰ ਨਹੀਂ ਹੈ ਇਹਨਾਂ ਨੂੰ ਸਾਰਾ ਦਿਨ ਇਹਨਾਂ ਦਾ ਇੱਕੋ ਹੀ ਕੰਮ ਹੈ ਵੀ ਦੋਕਾ ਨੂੰ ਬੇਵਕੂਫ ਬਣਾਈ ਜਾ ਤੇ ਆਪਣਾ ਹਲਵਾ ਮੰਡਾ ਚੜਾਈ ਜਾ ਆ ਲੋ ਆ ਤੁਠਾ ਚਾਟ ਹੈ ਇਹ ਤੁਹਾਡਾ ਇਹ ਤੁਹਾਡਾ ਚਾਟ ਹੈ ਮੇਰਾ ਚਾਟ ਹੈ ਨਾਮ ਉੱਤੇ ਲਿਖਿਆ ਪਾ ਲਓ ਅਰੇ ਅਗੜਾ ਕਹਿੰਦਾ ਨਹੀਂ ਵੀ ਪਤਾ ਨਹੀਂ ਲੱਗਦਾ ਉੱਤੇ ਲਿਖਿਆ ਡਾਕਟਰ ਫੇਰ ਨਾਲ ਕਰ ਇਹ ਝੂਠਾ ਚਾਟ ਹੈ ਜਿਹਦੇ ਵਿੱਚ ਕਹਿੰਦੇ ਅਸੀਂ ਇਦਾਂ ਹੀ ਕਰਾਂਗੇ ਇਹ ਆ ਟੁੱਟਿਆ ਹੋਇਆ ਧੋਣ ਵਾਸਤੇ ਡੈਕਟਿੰਗ ਦੇ ਵਿੱਚ ਇਹ ਤੁਸੀਂ ਜਿਵੇਂ ਕੋਦ ਲਈਆਂ ਨੇ ਕੋਵਿਡ ਵਾਰ ਮੈਂ ਖੁਦ ਲਈਆਂ ਨੇ ਕੋਵਿਡ ਵਾਰ ਚੋ ਲਈਆਂ ਨੇ ਆਹ ਲਓ ਇੱਥੇ ਜੇ ਤੁਹਾਨੂੰ ਕੋਈ ਸਾਬਨ ਦਿਖਦੀ ਆ ਦੇਖਦੇ ਸ਼ੈਂਕ ਹੈ ਜਾਂ ਸੈਨੇਟਾਈਜ਼ਰ ਪਿਆ ਦਿਖਦਾ ਇਹ ਮੈਂ ਨਾਲ ਰੱਖਿਆ ਨੋਟਿਸ ਦੇ ਵਿੱਚ ਇਹ ਨਾ ਇਹ ਨਹੀਂ ਤਾਂ ਮਤਲਬ ਇਹ ਫੈਸਲਾ ਕਰਿਆ ਹੋਇਆ ਹੈ ਵੀ ਤੁਸੀਂ ਜੋ ਕਰਨਾ ਕਰ ਲੋ ਯਾਰ ਅਸੀਂ ਤਾਂ ਇਹੀ ਕਰਾਂਗੇ ਆ ਦੇਖੋ ਆ ਮੇਰੇ ਸਾਟ ਲੱਗੀ ਹੋਈ ਹੈ ਜੀ ਇਹਨਾਂ ਨੂੰ ਕੋਈ ਬਦਤਰ ਰਿਸ਼ਨ ਨਹੀਂ ਜੇ ਕੱਲ ਨੂੰ ਇਹਦੇ ਨਾਲ ਟਾਈਟਨਸ ਹੋ ਜਾਏ ਮੈਂ ਮਰ ਵੀ ਜਾਵਾਂ ਇਹਨਾਂ ਨੂੰ ਕੀ ਫਰਕ ਪੈਣਾ ਇਹਨਾਂ ਤਾਂ ਕਨੇ ਇਹਨਾਂ ਤਾਂ ਤਿਆਰੀ ਨਹੀਂ ਕਰਿਆ ਜਿਹੜੇ ਬੰਦੇ ਐਕਸੀਡੈਂਟ ਕਰਨ ਤੋਂ ਬਾਅਦ ਇਹ ਕਹਿ ਸਕਦੇ ਨੇ ਬੇਸੀ ਜਿਹਨੂੰ ਸੜਕ ਤੇ ਬਾਹਰ ਸੁੱਟ ਦਾਂਗੇ ਘਰਾਂ ਨੂੰ ਰੋਹ ਪਾ ਸਕਦੇ ਨੇ ਉਹ ਬੰਦੇ ਮਤਲਬ ਡਾਕਟਰ ਕਹਾਉਣ ਦੇ ਜਾਂ ਪੀਜੀਆ ਚੜਾਉਣ ਦੇ ਹੱਕਦਾਰ ਕਿੱਥੋਂ ਆ ਗਏ ਆਹ ਲਓ ਇਹ ਬਾਤ ਨੂੰ ਮੈਂ ਵੀ ਦੱਸੋ ਰੈਟ ਰੈਪ ਲੋਕਾਂ ਨੇ ਤਾਂ ਘਰਾਂ ਚ ਨਹੀਂ ਚੂਹੇ ਆਉਂਦੇ ਜਿੰਨੇ ਉੱਥੇ ਪੀਜੀਆ ਚੜਾ ਡੇ ਚੂਹੇ ਫਿਰਦੇ ਨੇ ਖਾਣੇ ਦੇ ਉੱਤੇ ਤਾਂ ਲੱਗਦਾ ਕਿ ਲੋਕ ਇਲਾਜ ਕਿੱਥੋਂ ਕਰਵਾਣ ਕਦੀ ਬੈਠੀ ਬੈਠ ਜਣਾਵਦਾ ਜੇ ਕੋਵਿਡ ਗਿਜ਼ਨ ਹੋ ਗਿਆ ਕਿ ਵਾਕਈ ਹੁਣ ਸਾਰਾ ਲੈਣ ਕਿਤੇ ਨਾ ਕਿਤੇ ਹਸਪਤਾਲ ਦਾ ਜਾ ਕੇ ਨਹੀਂ ਦੇਖੋ ਗੱਲ ਇਹ ਹੈ ਵੀ ਮੈਨੂੰ ਤਾਂ ਮੈਂ ਇੰਟਾਈਟਡ ਨਾ ਪ੍ਰਾਈਵੇਟ ਸੈਕਟਰ ਚੋਂ ਵੀ ਇਲਾਜ ਕਰਾਉਣ ਦੇ ਮੈਨੂੰ ਉਹਦੇ ਸਰਕਾਰ ਚੋਂ ਪੈਸੇ ਵੀ ਮਿਲਦੇ ਨੇ ਪਰ ਮੈਂ ਇਹ ਵਿਸ਼ਵਾਸ ਕਰਦਾ ਕਿ ਸਰਕਾਰੀ ਹਸਪਤਾਲ 'ਚ ਇਲਾਜ ਕਰਵਾਉਣਾ ਚਾਹੀਦਾ ਹੈ ਸਰਕਾਰੀ ਹਸਪਤਾਲੀ ਚੰਗੇ ਹੁੰਦੇ ਨੇ ਔਰ ਮੇਰਾ ਵਿਸ਼ਵਾਸ ਕਦੇ ਖਰਾਬ ਵੀ ਨਹੀਂ ਹੋਇਆ ਥੋੜਾ ਬਟੋੜਾ ਤਾਂ ਨਿੱਕੀ ਮੋਟੀ ਗਲਤ ਕਿਤੇ ਵੀ ਹੋ ਜਾਂਦੀ ਹੈ ਪਹਿਲੀ ਵਾਰੀ ਮੈਨੂੰ ਪੀਜੀਐਚ ਹੋਇਆ ਵੀ ਪੀਜੀ ਇੰਨੀ ਕਰਕ ਗਈ ਹੈ ਇਹਦਾ ਮਤਲਬ ਡਾਇਰੈਕਟਰ ਤੇ ਸੁਪਰਡੈਂਟ ਜਿਹੜੇ ਨੇ ਉਹ ਪਿਓਰਲੀ ਅਸ ਦੇ ਵਿੱਚ ਆੜੇ ਹੋਏ ਨੇ ਵੀ ਆਪਾਂ ਲੈਣਾ ਕੀ ਆ ਜੋ ਮਰਜ਼ੀ ਹੋਈ ਜਾਵੇ ਨਹੀਂ ਆਦਰਬਈ ਇਸ ਤਰ੍ਹਾਂ ਨਹੀਂ ਹੁੰਦਾ ਮੈਂ ਡਿਸਟ੍ਰਿਕਟ ਲੈਵਲ ਦੇ ਹਸਪਤਾਲ ਦਾ ਇੰਚਾਰਜ ਰਿਹਾ ਬਿਊ ਡਿਊ ਸਟਾਰਟਸਨ 3 ਜੂਨ 1984 ਨੂੰ ਗੁਰਦਾਸਪੁਰ ਦਾ ਮਜਾ ਆ ਮੇਰੇ ਹਸਪਤਾਲ ਚ ਲਾਜਣਾ ਹੋਵੇ ਮੈਂ ਮੈਡੀਕਲ ਕਾਲਜ ਚ ਰਿਹਾ ਮੈਂ ਯੂਨੀਵਰਸਿਟੀ ਚ ਰਿਹਾ ਮੈਂ ਹਸਪਤਾਲ ਚ ਲਾਇਏ ਨੇ ਕੋਈ ਐ ਨਹੀਂ ਆ ਵੀ ਮੈਨੂੰ ਮੈਨੂੰ ਪਤਾ ਨਹੀਂ ਹੋਈ ਕੰਮ ਕਿਵੇਂ ਕਰੀਦਾ ਇਹ ਕਿਵੇਂ ਹੋ ਸਕਦਾ ਵੀ ਮਰੀਜ਼ ਦਾ ਰਾਜੀ ਨਾ ਹੋਵੇ ਇਹ ਕਿਵੇਂ ਹੋ ਸਕਦਾ ਮਰੀਜ਼ ਨੂੰ ਗੁਰੂ ਕੋਸੀ ਨਾ ਲੱਗੇ ਕਿਵੇਂ ਹੋ ਸਕਦਾ ਮਰੀਜ਼ ਦੀ ਨਾੜੀ ਲੱਗੀ ਪਈ ਹੈ ਖੂਨ ਵਗੀ ਜਾਂਦਾ ਤੁਸੀਂ ਬਦਰੇਸ਼ ਨਹੀਂ ਨਹੀਂ ਕਿਤੇ ਨਾ ਕਿਤੇ ਕੋਈ ਛੋਟੀ ਮੋਟੀ ਗਲਤੀ ਹੋ ਜਾਂਦੀ ਹੈ ਉਹਨੂੰ ਤੁਸੀਂ ਜਦ ਮਰੀਜ਼ ਨੇ ਧਿਆਨ ਚ ਲਾਤਾ ਜਾਂ ਤੁਹਾਡੇ ਧਿਆਨ ਚ ਆ ਗਿਆ ਉਦੋਂ ਤੁਸੀਂ ਕਹੋ ਕੋਈ ਨਹੀਂ ਹੋ ਗਈ ਅੱਗੇ ਤੋਂ ਅਸੀਂ ਧਿਆਨ ਰੱਖਾਂਗੇ ਤੁਸੀਂ ਮੀਡੀਆ ਸਾਹਮਣੇ ਗਏ ਹੋ ਕਿ ਪੀਜੀਐਨ ਨੂੰ ਚੀਜ਼ਾਂ ਦਾ ਪਤਾ ਲੱਗਾ ਤੁਹਾਨੂੰ ਪੁੱਛਿਆ ਉਹਨਾਂ ਨੇ ਜਾ ਕੇ ਜੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਮੀਡੀਆ ਚ ਖਬਰਾਂ ਜਾ ਚੁੱਕੀਆਂ ਨੇ ਪੁੱਛਣਾ ਮੈਂ ਉੱਥੇ ਕਿਹਾ ਮੈਂ ਮੀਡੀਆ ਨੂੰ ਸੋਨੂ ਵੀ ਫੋਨ ਕਰਿਆ ਪੰਜਾਂ ਸੌ ਤੁਹਾਡਾ ਮਿਲਿਆ ਨਹੀਂ ਮੈਂ ਤਿੰਨ ਚਾਰ ਮੀਡੀਆ ਨੂੰ ਫੋਨ ਕਰਿਆ ਵੀ ਮੈਂ ਆ ਬੈਠਾ ਆ ਮੇਰਾ ਸਮਾਨ ਖਿੰਡਿਆ ਪਿਆ ਆ ਮੇਰੇ ਨਾਲ ਇਹਨਾਂ ਨੇ ਕਰੀ ਹੈ ਤੇ ਉਹਨਾਂ ਨੂੰ ਵਾਦ ਨਹੀਂ ਸੀ ਨੀ ਉਹ ਤਾਂ ਕਹਿੰਦੇ ਸੀ ਤੈਨੂੰ ਚੁੱਕ ਕੇ ਬਾਹਰ ਸੁੱਟ ਦੇਣਾ ਉਹ ਤਾਂ ਮੇਰੇ ਉੱਤੇ ਐਂਬੂਲੈਂਸ ਛਿੜਾਉਣ ਲੱਗੇ ਸੀ ਇਹ ਸੱਚ ਹੈ ਕਹਿੰਦੇ ਸੀ ਤਾਂ ਆਪਦੀ ਐਂਬੂਲੈਂਸ ਨਾਲ ਉਹਨੀਆਂ ਹਾਲਾਂਕਿ ਅੰਦਰ ਛੋੜੋ ਐਂਬੂਲੈਂਸ ਲੈ ਕੇ ਜਾਣੀ ਸੀ ਜਾਣ ਬੁਝ ਕੇ ਇਸ ਤੋਂ ਇਨੀ ਹਿਮਨ ਕੀ ਹੋ ਸਕਦਾ ਹੈ ਜਿਹੜਾ ਬੰਦਾ ਕਹਿੰਦਾ ਮੈਂ ਐਂਬੂਲੈਂਸ ਛਿੜਾ ਦੇਣੀ ਹੈ ਤੇਰੇ ਇਹ ਬਹਾਨਾ ਲਾ ਕੇ ਕਹਿੰਜੀ ਤੁਸੀਂ ਮਰੀਜ਼ ਦਾ ਰਸਤਾ ਰੋਕਿਆ ਮਤਲਬ ਉਹਨੂੰ ਪੁੱਛੇ ਵੀ ਆ ਰੈਂਪ ਹੈ ਉੱਥੇ ਮੈਨੂੰ ਗੇਟ ਤਾਂ ਉਹਨਾਂ ਨੇ ਉੱਥੋਂ ਇੱਥੇ ਤੱਕ ਗ੍ਰਿਆਂ ਮੈਂ ਇੱਥੋਂ ਤਾਂ ਅੰਬੂਲੈਂਸ ਅੰਦਰ ਜਭੈਸੀ ਨਹੀਂ ਜਾਣੀ ਜੇ ਮੇਰੇ ਤੇ ਲਿਆ ਕੇ ਐਮਬੂਲੈਂਸ ਮੇਰੇ ਉੱਤੇ ਚੜਾਉਣ ਦੀ ਕੋਸ਼ਿਸ਼ ਕਰਦੇ ਨੇ ਜਿਦਾ ਮਤਲਬ ਮੈਨੂੰ ਜਾਣ ਕੇ ਮਾਰ ਰਹੇ ਨੇ ਨਾ ਦੇਣ ਜਵਾਬ ਇਹ ਵੀ ਕਿਵੇਂ ਐਮਬੂਲੈਂਸ ਲਾਂਦੀ ਸੀ ਉੱਥੇ ਕਿਵੇਂ ਮੈਨੂੰ ਕਿਹਾ ਵੀ ਤੈਨੂੰ ਐਮਬੂਲੈਂਸ ਲੈ ਦੇ ਦਾਂਗੇ ਅੱਛਾ ਇਹਨਾਂ ਸਾਰੀ ਚੀਜ਼ਾਂ ਲੱਗ ਗਈ ਤੁਸੀਂ ਉਹ ਨੋਟਿਸ ਜਿਹੜੇ ਆ ਉਹ ਪੀਜੀ ਦੇ ਬਾਕੀ ਜੁਗਦੇ ਭੇਜ ਦਿਓ ਹਾਂ ਹਾਂ ਮੈਂ ਭੇਜਣਾ ਆ ਦੇਖੋ ਆ ਐਕਸਪਾਇਰੀ ਦੀਆ ਇਹ ਹੀ ਜੁਲਾਈ ਜੇ ਐਕਸਪਾਇਰੀ ਇਹ ਕੀ ਚ 2000 2 ਸਾਲ ਦੀ ਬਣੀ ਹੋਈ ਹੈ ਇਹ ਘੱਟੀਆਂ ਦਵਾਈਆਂ ਖਰੀਦੇ ਨੇ ਐਕਸਪਾਇਰੀ ਵਾਲੀਆਂ ਦਵਾਈਆਂ ਖਰੀਦੇ ਨੇ ਪੈਸੇ ਖਾਂਦੇ ਨੇ ਤੇ ਤਾਂ ਕਿ ਇਹਨਾਂ ਨੂੰ ਸਸਤੀਆਂ ਮਿਲ ਜਾਂਦੀਆਂ ਨੇ ਇਹ ਦਵਾਈਆਂ ਤੇ ਉਹਦੇ ਨਾਲ ਇਹ ਆਪਦਾ ਕੰਮ ਐਸ਼ ਕਰਦੇ ਨੇ ਇਹਨਾਂ ਦਾ ਕੋਈ ਕੰਸਰਨ ਨਹੀਂ ਹੈ ਇਹ ਜੇ ਬੰਦੇ ਦਾ ਕੰਸਰਨ ਹੋਵੇ ਗਲਤੀ ਹਰੇਕ ਨੂੰ ਹੁੰਦੀ ਹੈ ਕੰਮ ਕਰਦੇ ਬੀਵਾਰਿਆੜਾ ਆ ਮੇਰਾ ਸਮਾਨ ਸਾਰਾ ਖਿੱਦੜਿਆ ਪਿਆ ਜਦੇ ਮੇਰੇ ਤੇ ਐਂਬੂਲੈਂਸ ਢਾਣ ਦੀ ਗੱਲ ਕਰਦੇ ਨੇ ਵੀ ਅਸੀਂ ਤਾਂ ਐਂਬੂਲੈਂਸ ਢਾ ਦੇਣੀ ਹੈ ਮਤਲਬ ਇਹ ਮਿਸ ਯੂਜ਼ ਇਸ ਤੋਂ ਵੱਡਾ ਕੀ ਹੋਏਗਾ ਕਿ ਜਿੱਥੇ ਐਂਬੂਲੈਂਸ ਅੰਦਰ ਜਾਣੀ ਹੀ ਨਹੀਂ ਤੁਸੀਂ ਕਹਿੰਦੇ ਅਸੀਂ ਐਂਬੂਲੈਂਸ ਚੜਾਵਾਂਗੇ ਤੇਰੇ ਤੇ ਇਹ ਸਿਕਿਉਰਿਟੀ ਡਿਵਾਈਜ਼ਰ ਕਹਿ ਰਿਹਾ ਹੈ ਸਿਕਿਉਰਿਟੀ ਚੀਫ ਸਿਕਿਉਰਿਟੀ ਡਿਵਾਈਜ਼ਰ ਹੈ ਕਾਦੇ ਵਾਸਤੇ ਉਹ ਬੰਦੇ ਨੂੰ ਮਾਰਨ ਵਾਸਤੇ ਹੈ ਸਾਈ ਜੀ ਤੁਸੀਂ ਨੋਟਿਸ ਪਾਤੀ ਹੈ ਨੇ ਇਹ ਲਾਈਨ ਨਹੀਂ ਮੈਂ ਪਾਈ ਮੈਂ ਕਹਿਆ ਵੀ ਇਹਨਾਂ ਨੇ ਮੈਨੂੰ ਥ੍ਰੈਟ ਕਰਿਆ ਉਹ ਬਾਕੀ ਪਾਈਆਂ ਨੇ ਤੇ ਫਿਰ ਉਹ ਲਿਆ ਕੇ ਐਂਬੂਲੈਂਸ ਆਏ ਲਿਆ ਕੇ ਇਹ ਤਾਂ ਮੈਂ ਵੀਡੀਓ ਨਹੀਂ ਬਣਾਈ ਨਹੀਂ ਤਾਂ ਮੈਂ ਵੀਡੀਓ ਬਣਾ ਲੈਂਦਾ ਇਹ ਕਹਿੰਦੇ ਮੈਂ ਆਖਾਂ ਮੈਂ ਮੀਡੀਆ ਕਹਿੰਦੇ ਜਾਓ ਭੱਜ ਜਿਹੜਾ ਜੋਰ ਨਾਲ ਲਾ ਲੈ ਉਲਟਾ ਮਤਲਬ ਇਹਨਾਂ ਨੇ ਇੱਕ ਮਿੰਟ ਵੀ ਇਹ ਨਹੀਂ ਗੱਲ ਕਰੀ ਵੀ ਇਹਨਾਂ ਤੋਂ ਕੋਈ ਗਲਤੀ ਹੋਈ ਹੁੰਦੀ ਹੈ ਇਹ ਉਲਟਾ ਮੈਨੂੰ ਵੀ ਤੈਨੂੰ ਤੈਨੂੰ ਠੋਕੇ ਛੱਡਾਂਗੇ ਤੂੰ ਦਾੜਾ ਜੋ ਜਸ ਤਾਂ ਸਦੀ ਵਾਪਰੀਆਂ ਨੇ ਕਿਸੇ ਨੂੰ ਜਾ ਕੇ ਚੱਕ ਤਾਂ ਕਰਨਾ ਨਹੀਂ ਕੋਵਿਡ ਵਾਰਡ ਚ ਕੀ ਹੁੰਦਾ ਪਿਆ ਫੈਸੀ ਲੋਕ ਲੱਦੇ ਹੁੰਦੇ ਨੇ ਇਹ ਚੀਜ਼ ਤਾਂ ਸਦੀ ਵਾਪਰੀਆਂ ਨੇ ਨਾ ਬਿਲਕੁਲ ਨਹੀਂ ਬਿਲਕੁਲ ਨਹੀਂ ਜਾਣਬੁੱਝ ਕੇ ਕਰਦੇ ਨੇ ਇਹ ਪੈਸੇ ਖਾਂਦੇ ਨੇ ਇਹ ਕਰਾਪਟ ਨੇ ਇਹ ਜਾਣਬੁੱਝ ਕੇ ਕਰਦੇ ਨੇ ਨਾ ਜ਼ਿੰਮੇਵਾਰੀ ਨਾ ਕਹਿਣਾ ਇਸ ਗੱਲ ਨੂੰ ਨਹੀਂ ਇਹ ਪੋਸੀਬਲ ਨਹੀਂ ਹੁੰਦਾ ਕਿਉਂ ਨਹੀਂ ਵੜ ਜਾਣਾ ਜਿਹੜੇ ਉੱਥੇ ਨਰਸਾਂ ਕੰਮ ਕਰਦੀਆਂ ਨੇ ਜਿਹੜੇ ਉੱਥੇ ਕਲਾਸਵਰ ਕੰਮ ਕਰਦੇ ਉਮਰੀਜਾਂ ਨੂੰ ਗੋਦੀ ਚੁਕਚੁਕੇ ਪਾਉਂਦੇ ਨੇ ਉਹ ਓਬੀਟਾ ਬੰਦੇ ਹੀ ਨੇ ਨਾ ਹੁਣ ਤਾਂ ਕੋਈ ਕਸੂਰ ਨਹੀਂ ਹੈ ਉਹ ਤਾਂ ਜੇ ਉਹ ਨਾ ਹੋਣੇ ਤਾਂ ਜਮੇ ਪੀਜੀਏ ਦਾ ਪੱਠਾ ਵੇਜੇ ਇਹ ਜਿਹੜੇ ਇਹਨਾਂ ਦੇ ਡਾਕਟਰ ਨੇ ਜਿਹੜਾ ਮੈਡੀਕਲ ਸੁਪਰਡੈਂਟ ਹੈ ਜਿਹੜਾ ਡਾਇਰੈਕਟਰ ਹੈ ਇਹ ਖਰਾਬ ਕਰ ਦੇਣੇ ਜਾਣ ਕੇ ਕਿਉਂਕਿ ਇਹ ਸਿਕਿਉਰਿਟੀ ਐਡਵਾਈਜ਼ਰ ਇੰਜੀਨੀਅਰਿੰਗ ਵਿੰਗਾਂ ਦੇ ਵੀ ਪੈਸੇ ਖਾਈ ਜੋ ਆਪਾਂ ਨੇ ਲੈਣਾ ਕੀ ਇਹ ਲੋਕ ਦੁਖੀ ਹੋਈ ਜਾਣਗੇ ਹੁਣ ਸਟਾਫ ਨਰਸ ਨੇ ਬਾਥਰੂਮ ਨੂੰ ਥੋੜੋ ਠੀਕ ਕਰਨਾ ਹੈ ਇੱਕ ਕਲਾਸ 4 ਨੇ ਬਾਥਰੂਮ ਟੁੱਟੇ ਹੋਏ ਨੂੰ ਕਿਵੇਂ ਠੀਕ ਕਰੂ ਉਹ ਸਾਫਤਾ ਕਰ ਦੂਗਾ ਉਹਨੂੰ ਟੁੱਟੇ ਹੋਏ ਬਾਥਰੂਮ ਨੂੰ ਕਿਵੇਂ ਠੀਕ ਕਰੂਗਾ ਉਹ ਕਮੂਰ ਟੁੱਟਿਆ ਹੋਇਆ ਕਲਾਸ 4 ਉਹਦਾ ਕੀ ਕਰੂਗਾ ਸਵੀਪਰ ਕਿਵੇਂ ਸਾਫ ਕਰੂਗਾ ਚੂਹੇ ਫਿਰਦੇ ਨੇ ਸਵੀਪਰ ਚੂਹੇ ਕਿਵੇਂ ਮਾਰ ਦੂਗਾ ਇਹ ਤਾਂ ਕੰਮ ਇੰਜੀਨੀਅਰਿੰਗ ਵਿੰਗਦਾ ਜਾਨਵਰ ਜੀ ਕਿਉਂਕਿ ਪੈਸੇ ਖਾਂਦੇ ਨੇ ਨਵੀਂ ਬਿਲਡਿੰਗ ਬਣੀ ਆ ਕਿਉਂ ਨਹੀਂ ਇਨਕੁਆਰੀ ਕਰਾਉਂਦੇ ਜੁਡੀਸ਼ੀਨਲ ਇਨਕੁਆਰੀ ਕਰਾਉਣ ਵੀ ਆ ਜੰਮੀ ਬਿਲਡਿੰਗ ਚਾਹੇ ਹਾਰ ਕਿਉਂ ਆ ਹੋਰ ਕੋਈ ਇਹਨਾਂ ਨੂੰ ਕੰਮ ਹੀ ਨਹੀਂ ਹੈ ਇਹ ਲੋਕਾਂ ਨੂੰ ਰੋਪਾਉਂਦੇ ਨੇ ਲੋਕਾਂ ਨੂੰ ਖਰਾਬ ਕਰਦੇ ਨੇ ਇਹ ਬੰਦੇ ਤੇ ਸਾਡੀ ਗੱਲ ਵੀ ਸੁਣੀਏ ਸਾਡੇ ਮਜੂਦ ਸਾਹ ਡਾਕਟਰ ਪੇਰਾਲ ਲੱਗਾ ਕਿ ਜੋ ਕਿ ਤਕਰੀਬਨ 11 ਦਿਨ ਪੀਜੀ ਦੇ ਵਿੱਚ ਰਹਿ ਕੇ ਆਏ ਨੇ ਕੋਵਿਡ ਹੋ ਗਿਆ ਸੀ ਕੋਵਿਡ ਵਾਰਡ ਦਾ ਸਾਡਾ ਇਹਨਾਂ ਨੇ ਬਖੋ ਵੀ ਹਾਲ ਸੁਣਾਇਆ ਤਸਵੀਰਾਂ ਨਾਲ ਤੁਸੀਂ ਦੇਖਿਆ ਵੀ ਕਿਸ ਤਿੱਕੇ ਨਾਲ ਕੋਵਿਡ ਵਾਰਡ ਦਾ ਹਾਲ ਹੈ ਆਪਾਂ ਹਮੇਸ਼ਾ ਦੇਖਦੇ ਆ ਵੱਡੇ ਵੱਡੇ ਬੈਨਰ ਪੋਸਟਰ ਜਿਹੜਾ ਪਤਸਕਾਰ ਵੀ ਕਹਿੰਦੀ ਕਿ ਕੋਵਿਡ ਤੋਂ ਛੁਟਕਾਰਾ ਪਾਇਆ ਜਾਵੇ ਆਪਾਂ ਦੇਖਭਾਲ ਕਰੋ ਜਦੋਂ ਕਿ ਕਿਸੇ ਵਿਅਕਤੀ ਨੂੰ ਕੋਵਿਡ ਹੋ ਜਾਂਦਾ ਤਾਂ ਉੱਥੇ ਜਾ ਕੇ ਕਿਸ ਕਿਸ ਤਿੱਕੇ ਨਾਲ ਡਾਕਟਰ ਪੇਰਾਲ ਗਦਗ ਨੂੰ ਟੌਰਚਰ ਹੋਣਾ ਪਿਆ ਮੈਂਟਲੀ ਟੌਰਚਰ ਹੋਣਾ ਪਿਆ ਜਿਸ ਨੂੰ ਲੈ ਕੇ ਇਹਨਾਂ ਨੇ ਇੱਕ ਨੋਟਿਸ ਭੇਜਿਆ ਪੀਜੀ ਪੇਜ ਦੇ ਤਿਆਰੀ ਵਿੱਚ ਨਾ ਨੋਟਿਸ ਅਲੱਗ-ਅਲੱਗ ਜਗ੍ਹਾ ਤੇ ਨੋਟਿਸ ਜਾਊਗਾ ਡਾਇਰੈਕਟਰ ਸਾਹਿਬ ਨੂੰ ਵੀ ਨੋਟਿਸ ਜਾਊਗਾ ਜੋ ਪੀਜੀਏ ਦੇ ਹੈਗੇ ਨੇ ਤਾਂ ਇਹ ਚੀਜ਼ਾਂ ਦੀ ਦੇਖੇ ਕੌਣ ਕਰੂਗਾ ਇਹ ਚੀਜ਼ਾਂ ਨੂੰ ਦੇਖੂਗਾ ਕੌਣ ਭਾਤ ਸਰਕਾਰ ਨੇ ਜ਼ਿੰਮੇਵਾਰੀ ਲਗਾਈ ਸੀ ਬਾਕੀ ਸਤਾਨਾ ਜੀ ਜ਼ਿੰਮੇਵਾਰੀ ਲੱਗੀ ਹੋਈ ਹੈ ਕਿ ਕੋਵਿਡ ਦੇ ਪੇਸ਼ੇ ਨਾਲ ਤੁਸੀਂ ਬਿਲਕੁਲ ਵਿਹਾਰ ਜਿਹੜਾ ਸ਼ਾਂਤਪੂਰਕ ਕਰਨਾ ਹੈ ਉਹਦਾ ਚੰਗੀ ਦਾ ਟ੍ਰੀਟਮੈਂਟ ਕਰਨਾ ਪਰ ਕੋਵਿਡ ਵਾਰਡਾਂ ਵਿੱਚ ਜਾ ਕੇ ਚੀਜ਼ ਨੂੰ ਚੈੱਕ ਕੌਣ ਕਰੂਗਾ ਇਹ ਵੀ ਕਿਤਨੇ ਕਿਤੇ ਸਵਾਲ ਜਾਂ ਜਵਾਬ ਨੇ ਹੁਣ ਦੇਖਾਂਗੇ ਕਿ ਇਹਨਾਂ ਦਾ ਨੋਟਿਸ ਜਵਾਬ ਵਿੱਚ ਪੀਜੀ ਕੀ ਮੋੜਵਾ ਜਵਾਬ ਦਿੰਦਾ ਇਸ ਵੀ ਸਾਡੀ ਨਜ਼ਰ ਬਣੀ ਦੀ ਹੈ ਕਿ ਤਾਂ ਸਭ ਤੋਂ ਵੱਡਾ ਸਵਾਲ ਹੈ ਕਿ ਜਿਹੜੇ ਕੋਵਿਡ ਦੇ ਪੇਸ਼ੈਂਟ ਨੇ ਹੁਣ ਇਲਾਜ ਕਰਾਉਣ ਵਾਸਤੇ ਜੀ ਪੀ ਜੇ ਜਾਂਦੇ ਨੇ ਕਿ ਉਹਨਾਂ ਨੇ ਵੀ ਇਸ ਲੂਕ ਹੋਊਗਾ ਇਸ ਉੱਪਰ ਵੀ ਚਰਚਾ ਬਣੀ ਦੀ ਹੈ ਕਿ ਤੁਸੀਂ ਪੰਜਾਬ న్యూਸ ਦੇ ਨਾਲ ਜੁੜੇ ਦੇਣਾ